ਸੰਗਤ ਜੀ ਸਾਰੇ ਫਤਿਹ ਬੁਲਾਓ, ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਬਾਬਾ ਪਰਮਿੰਦਰ ਸਿੰਘ ਜੀ, ਗੁਰੂ ਨਾਨਕ ਦੀ ਫੌਜ, ਗੁਰੂ ਸੱਚੇ ਪਾਤਸ਼ਾਹ ਬਾਬਾ ਜੀ ਨੇ ਬੜੀ ਮਿਹਰ ਕੀਤੀ ਹੈ ਸਰੀਰ 'ਤੇ। ਆਪ ਜੀ ਨੂੰ ਕੀਰਤਨ ਦੀਆਂ ਝੜੀਆਂ, ਸ਼ਹੀਦੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਤਿਹਾਸ ਗੁਰੂ ਚਰਨਾਂ ਜੋੜੇ ਆ। ਆਓ ਬਾਕੀ ਸਮਾਂ ਕੁਝ ਆਪਣੇ ਪਾਸ ਵੱਜਦਾ, ਉਸ ਸਮੇਂ ਨੂੰ ਪਿੱਤਰ ਸਫਲਾ ਕਰੀਏ। ਸਾਰੇ ਹੀ ਸ਼ਬਦ ਵਿੱਚ ਪੜ੍ਹ ਕੇ ਜੀਵਨ ਨੂੰ ਸਫਲਾ ਅਤੇ ਪਵਿੱਤਰ ਕਰੋ। ਸੋ ਮਹਾਂਪੁਰਖਾਂ ਨੇ ਬਹੁਤ ਵੱਡੀ ਕਿਰਪਾ ਕੀਤੀ, ਸਾਡੇ ਦਇਆ ਕੀਤੀ। ਮਹਾਂਪੁਰਖ ਬਾਬਾ ਜੀ ਮਾਨ ਸਿੰਘ ਭੇਹੇ ਵਾਲੇ, ਬਾਬਾ ਜੀ ਮੋਹਨ ਸਿੰਘ ਲੰਗਰਾਂ ਵਾਲੇ, ਇਹ ਸਾਨੂੰ ਸੋਹਣੇ ਸੁੰਦਰ ਸਥਾਨ ਬਖਸ਼ੇ। ਸਾਹ ਤਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ, ਆਏ ਸੇ ਜੰਤ ਪਏ ਹਰਿਆਵਲੀ ਜਿਹਨੇ ਮੇਰਾ ਸਤਿਗੁਰ ਦੇਖਿਆ ਜਾਏ। ਸੋ ਵਾਹਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ। ਸੋ ਆਓ ਗੁਰੂ ਚਰਨਾਂ ਜੁੜੀਏ, ਗੁਰੂ ਜੀ ਦਾ ਪਿਆਰ ਲਈਏ ਸੱਚੇ ਪਾਤਸ਼ਾਹ ਚਰਨਾਂ ਵਿੱਚ। ਗੁਰੂ ਤੇਗ ਬਹਾਦਰ ਸਿਮਰੀਐ, ਗੁਰੂ ਤੇਗ ਬਹਾਦਰ ਸਿਮਰੀਐ, ਤੇਗ ਬਹਾਦਰ ਸਿਮਰੀਐ, ਗੁਰੂ ਤੇਗ ਬਹਾਦਰ ਸਿਮਰੀਐ, ਗੁਰੂ ਤੇਗ ਬਹਾਦਰ ਸਿਮਰੀਐ, ਗੁਰੂ ਤੇਗ ਬਹਾਦਰ ਸਿਮਰੀਐ, ਕਰ ਨੌਨ ਕਰ ਨੌਨ ਦਿਆਵੈ, ਨੌਨ ਦਿਆਵੈ ਤਾਏ, ਬਹਾਦਰ ਸਿਮਰੀਐ, ਨਾਨ ਦੇ ਆਵੈ ਤਾਏ, ਗੁਰੂ ਤੇਗ ਬਹਾਦਰ ਸਿਮਰੀਐ, ਗੁਰੂ ਤੇਗ ਬਹਾਦਰ ਸਿਮਰੀਐ, ਪਰਤਾਂ ਪਗੌਤੀ ਸਿਮਰ ਕੈ ਗੁਰੂ ਨਾਨਕ ਨਹੀਂ ਪਿਆ, ਫਿਰ ਅੰਗਦ ਤੇ ਗੁਰ ਅਮਰ ਰਾਮਦਾਸ ਹੋਈ ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਦਿਆਈਐ, ਜਿਸ ਦਿਖੈ ਸਭ ਦੁਖ ਜਾਈ, ਗੁਰੂ ਤੇਗ ਬਹਾਦਰ ਸਿਮਰੀਐ, ਹਰ ਨੌਨ ਦਿਆਵੈ ਤਾਈ, ਸਭ ਥਾਈ ਸਭ ਥਾਈ ਹੋ ਸਹਾਏ, ਗੁਰੂ ਤੇਗ ਬਹਾਦਰ ਹੋਏ ਸਹਾਏ, ਗੁਰੂ ਤੇਗ ਬਹਾਦਰ ਸਿਮਰੀਐ, ਗੁਰੂ ਤੇਗ ਬਹਾਦਰ ਸਿਮਰੀਐ, ਹਰ ਨੌਨ ਦਿਆਵੈ ਬਹਾਦਰ ਸਿਮਰੀਐ, ਗੁਰੂ ਤੇਗ ਬਹਾਦਰ ਸਿਮਰੀਐ।
ਸਤਿਗੁਰ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੇ ਸ਼ਰਧਾ ਅਤੇ ਭਾਵਨਾ ਨਾਲ ਨਵੇਂ ਪਾਤਸ਼ਾਹ ਦੇ ਧਿਆਨ ਧਰਕੇ ਵਾਹਿਗੁਰੂ ਕਾਲਪੁਰਖ ਨੂੰ ਰਾਧਿਆ। ਚੇਤੇ ਰੱਖਿਓ ਉਹਨਾਂ ਦੇ ਘਰ ਪਦਾਰਥ ਦਰਵਾਜੇ ਭੰਨ ਭੰਨ ਕੇ ਆਉਣਗੇ, ਧਾ ਧਾ ਕੇ ਆਉਣਗੇ। ਕਹਿ ਦਿਓ ਸਤਨਾਮ ਸ਼੍ਰੀ ਵਾਹਿਗੁਰੂ। ਜਿਨ੍ਹਾਂ ਪਦਾਰਥਾਂ ਦੀ ਖਾਤਰ ਧਨ ਦੌਲਤ ਧੀਆਂ ਪੁੱਤਰ ਸੁੱਖ ਆਰਾਮ ਅਸੀਂ ਦਿਨ ਰਾਤ ਗੁਰੂ ਸਾਹਿਬ ਅਰਦਾਸਾਂ ਕਰਦੇ ਹਾਂ, ਗੁਰੂ ਚਰਨਾਂ ਸੱਚੇ ਪਾਤਸ਼ਾਹ ਦੇ ਦੋ, ਆਹ ਬਖਸ਼ ਦਿਓ ਬਖਸ਼ ਦਿਓ। ਗੁਰੂ ਤੇਗ ਬਹਾਦਰ ਸਿਮਰੀ ਹੈ ਜਿਨ੍ਹਾਂ ਨੇ ਰਾਧਿਆ ਵਾਹਿਗੁਰੂ ਜੀ, ਗੁਰੂ ਚਰਨਾਂ ਦਾ ਧਿਆਨ ਧਰਿਆ। ਕਰ ਨੌ ਨਿਧ ਆਵੇ ਧਾਏ, ਨੌ ਨਿਧੀਆਂ ਅਠਾਰਾਂ ਸਿੱਧੀਆਂ, ਧਾ ਧਾ ਕੇ ਦਰਵਾਜੇ ਭੰਨ ਕੇ ਤੁਹਾਡੇ ਘਰ ਆਉਣਗੇ ਪਦਾਰਥ। ਸ਼ਰਧਾ ਨਾਲ ਪੂਜੋ। ਉਹ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤਿਲਕ ਜੰਜੂ ਦੀ ਖਾਤਰ ਆਪਣਿਆਂ ਲਈ ਨਹੀਂ, ਆਪਣੇ ਲਈ ਨਹੀਂ, ਦੂਜਿਆਂ ਦੇ ਧਰਮ ਲਈ, ਜਿੱਥੇ ਫਰਕ ਹੀ ਕੋਈ ਨਹੀਂ। ਰਾਤ ਵੀ ਆਪ ਜੀ ਨੇ ਸੁਣਿਆ ਸੀ ਨਾ, ਸਭੇ ਸਾਂਝੀ ਵਾਲਦ ਸਾਇਨ ਕੋਇਨ ਦੇ ਸਹਿਬਹਾਰਾ ਜੀ ਨੇ। ਇਹੋ ਤਾਂ ਬਰਕਤਾਂ ਹਨ ਗੁਰੂ ਨਾਨਕ ਘਰ ਵਿੱਚ। ਇੱਥੇ ਜੋ ਵੀ ਆਇਆ ਸਤਿਗੁਰੂ ਨੇ ਸਭਨਾਂ ਨੂੰ ਗਣਨਾ ਲਾਇਆ। ਸਿੱਖ ਆ ਜਾਏ, ਸਿੱਖ ਦਾ ਵੈਰੀ ਆ ਜਾਏ, ਊਚ ਆ ਜਾਏ, ਨੀਚ ਆ ਜਾਏ, ਰਾਜਾ ਆ ਜਾਏ, ਗਰੀਬ ਆ ਜਾਏ, ਕੰਗਲਾ ਆ ਜਾਏ, ਬਾਦਸ਼ਾਹ ਆ ਜਾਏ, ਸਿੱਖ ਆ ਜਾਏ, ਜੈਨੀ ਆ ਜਾਏ, ਬੋਧੀ ਆ ਜਾਏ, ਕਿਸੇ ਵੀ ਧਰਮ ਦਾ ਕੋਈ ਆਇਆ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸਵਾਮੀ ਸੰਤ। ਹੁਣੇ ਆਪ ਜੀ ਬਾਬਾ ਜੀ ਪਰਮਿੰਦਰ ਸਿੰਘ ਉਹਨਾਂ ਪਾਸੋਂ ਸੁਣ ਰਹੇ ਸੀ, ਭਾਈ ਮਤੀ ਦਾਸ ਜੀ ਸ਼ਹੀਦ ਦੀ, ਸਤੀ ਦਾਸ ਜੀ ਦੀ, ਭਾਈ ਦਿਆਲ ਦਾਸ ਜੀ ਦੀ। ਪਿੱਛੇ ਨਹੀਂ ਹਟੇ, ਵਰ ਗਏ ਆਪਣੇ ਗੁਰੂ ਤੋਂ, ਕੁਰਬਾਨ ਹੋ ਗਏ। ਹੋਣਾ ਵੀ ਅਸੇ ਜਾਈਂ, ਜਿਸ ਪਿਆਰੇ ਸੁਨੇਹੋਂ ਤਿਸ ਆਗੇ ਮਰ ਚੱਲੀ, ਉਹਦੇ ਅੱਗੇ ਉਹਦੇ ਸਾਹਮਣੇ ਕੁਰਬਾਨ ਹੋ ਜਾਈ। ਦਾਸ ਦੇ ਗੁਰਦੇਵ ਸੰਤ ਮਹਾਰਾਜ ਸ਼ਬਦ ਪੜਿਆ ਕਰਦੇ, ਅੱਜ ਵੀ ਰਾੜਾ ਸਾਹਿਬ ਦੀਆਂ ਕੰਧਾਂ ਗੂੰਜਦੀਆਂ। ਸੰਤ ਮਹਾਰਾਜ ਪਿਓੜ ਮਹਾਂਪੁਰਖਾਂ ਨੇ ਉਹਨਾਂ ਦੇ ਰੱਜ ਰੱਜ ਦਰਸ਼ਨ ਕੀਤੇ, ਮਿਲਾਪ ਹੁੰਦਾ ਹੀ ਰਹਿੰਦਾ ਸੀ ਰਾੜਾ ਸਾਹਿਬ। ਜਿਹੜੇ ਗੁਰਾਂ ਨਾਲ ਮੁਹੱਬਤਾਂ ਲਾ ਲਈਏ, ਅੱਗੇ ਹੋ ਕੇ ਉਹਦੇ ਮਰ ਜੀਏ, ਗੁਰਾਂ ਨਾਲ ਮੁਹੱਬਤਾਂ ਅੱਗੇ ਹੋ ਕੇ ਉਹਦੇ ਮਰ ਜੀਏ, ਗੁਰਾਂ ਨਾਲ ਮੁਹੱਬਤਾਂ ਲਾ ਲਈਏ, ਅੱਗੇ ਹੋ ਕੇ ਉਹਦੇ ਮਰ ਜੀਏ, ਜਿਹੜੇ ਗੁਰਾਂ ਨਾਲ ਮੁਹੱਬਤਾਂ ਲਾ ਲਈਏ, ਅੱਗੇ ਹੋ ਕੇ
ਪਿਆਰੇ ਸੋਨਿਓ ਦਿਸਿਆ ਕੈ ਮਰ ਚਲੀਐ ਤ੍ਰਿਗ ਜੀਵਨ ਸੰਸਾਰ ਪਛੈ ਜੀਵਨ। ਜਿਸ ਪਿਆਰੇ ਸੋਨੇ ਹੋ ਤਿਸ ਆ ਗਿਆ ਮਰ ਚਲੀ, ਕੁਰਬਾਨ ਹੋ ਜਾਣਾ, ਫਿਦਾ ਹੋ ਜਾਣਾ, ਪਿੱਛੇ ਨਹੀਂ ਹੱਟਣਾ। ਇਹ ਸਿੱਖ ਦਾ ਧਰਮ ਹੈ, ਇਹ ਪਹਿਲਾ ਸਟੈਪ ਹੈ। ਜਿਸ ਮਰਨੇ ਤੇ ਜਗ ਡਰੈ, ਮੌਤ ਦਾ ਡਰ, ਮੌਤ ਦਾ ਖੌਫ, ਬਾਬਾ ਦੀਪ ਸਿੰਘ ਜੀ ਮਹਾਰਾਜ ਬੁੱਢੇ ਜਰਨੈਲ ਜਿਨ੍ਹਾਂ ਨੇ 18 ਸਾਲ ਦਾ 18 ਸਿਰ ਦਾ ਖੰਡਾ, ਛੋਟਾ ਥੋੜਾ ਨਹੀਂ ਹੁੰਦਾ 18 ਸਿਰ, ਬਹੁਤ ਭਾਰ ਵਜਨ ਹੁੰਦਾ। ਤੇ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਸ਼੍ਰੀ ਦਰਬਾਰ ਸਾਹਿਬ ਜੀ ਦੇ ਸਤਿਕਾਰ ਅਦਬ ਲਈ ਆਪਣਾ ਸੀਸ ਪੇੜ ਚਲਾਉਣ ਦੀ ਅਰਦਾਸਾ ਕੀਤਾ, ਬੇਨਤੀ ਕੀਤੀ, ਮਹਾਰਾਜ ਮੇਰਾ ਸੀਸ ਆਪ ਜੀ ਦੀ ਪਰਿਕਰਮਾ ਵਿੱਚ ਲੱਗ ਜਾਏ। ਰਾਜ ਤੁਰਕਾਂ ਨੇ ਘੇਰਾ ਪਾਇਆ, ਮਹਾਰਾਜ ਨੇ ਇਤਨੀ ਫੁਰਤੀ ਨਾਲ ਯੁੱਧ ਕੀਤਾ, ਭਾਵੇਂ ਸਰੀਰ ਬਿਰਧ ਸੀ ਪਰ ਪਰਵਾਹ ਨਹੀਂ ਕੀਤੀ। ਇਤਨਾ ਬੀਰਸ, ਇਤਨਾ ਰਸ, ਇਤਨਾ ਜੋਸ਼ ਆਇਆ, ਹੋਣੀ ਨੇ ਵੀ ਆ ਕੇ ਵੰਗਾਰਿਆ ਵੀ ਬਾਬਾ ਜੀ ਤੁਸਾਂ ਤੇ ਆਖਿਆ ਸੀ ਮੈਂ ਆਪਾਂ ਸੀਸ ਗੁਰੂ ਚਰਨਾਂ 'ਚ ਲਗਾਉਣਾ ਪ੍ਰਕਰਮਾਂ 'ਚ, ਤੁਹਾਡਾ ਤਾਂ ਸੀਸ ਦੁਸ਼ਮਣ ਨੇ ਵੱਖਰਾ ਕਰ ਦਿੱਤਾ ਤੜ ਤੋਂ, ਹੋਣੀ ਨੇ ਵੰਗਾਰਿਆ। ਬਾਬਾ ਜੀ ਝੱਟ ਹੀ ਫੁਰਤੀ ਵਿੱਚ ਆਏ, ਮੌਤ ਨੂੰ ਵੰਗਾਰਦਿਆਂ ਆਖਿਆ, ਕਹਿੰਦੇ ਹੋਣੀ ਇਹ ਤੇਰਾ ਬਲ ਕਿਤੇ ਹੋਰ ਚੱਲ ਸਕਦਾ, ਗੁਰੂ ਕੇ ਸਿੰਘਾਂ 'ਤੇ ਨਹੀਂ ਚੱਲ ਸਕਦਾ। ਜਿਨ੍ਹਾਂ ਨੇ ਤੈਨੂੰ ਵਾਜਾਂ ਮਾਰ ਮਾਰ ਕੇ ਯਾਦ ਕੀਤਾ, ਇੱਥੇ ਤੇਰਾ ਵੱਲ ਨਹੀਂ ਚੱਲੇਗਾ। ਸਾਰੀ ਦੁਨੀਆ ਡਰਦੀ ਹੈ, ਸਾਰਾ ਸੰਸਾਰ ਡਰਦਾ, ਖੌਫ ਹੈ, ਡਰ ਹੈ, ਮੈਨੂੰ ਮੌਤ ਨਾ ਆ ਜਾਏ, ਮੈਂ ਕਿਤੇ ਮਰ ਨਾ ਜਾਵਾਂ। ਪਰ ਗੁਰੂ ਦਾ ਪਿਆਰਾ ਸਮੇਂ ਨੂੰ ਚਾਹ ਨਾ ਡੀਕਦਾ। ਪੈਸਾ ਕਹਿੰਦਾ ਸਭ ਤੋਂ ਵੱਡਾ ਮੇਰਾ ਦੁਨੀਆ ਪਾਣੀ ਭਰਦੀ, ਹੁਸ਼ਨ ਕਹਿੰਦਾ ਮੈਂ ਸਭ ਤੋਂ ਵੱਡਾ ਮੇਰਾ ਦੁਨੀਆ ਸ਼ੋਭਾ ਕਰਦੀ, ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਵਿੱਚ ਜਾ ਕਚਹਿਰੀ ਲੜਦੀ, ਤਕਦੀਰ ਕਹਿੰਦੀ ਤੁਸੀਂ ਸਾਰੇ ਝੂਠੇ, ਤਕਦੀਰ ਕਹਿੰਦੀ ਤੁਸੀਂ ਸਾਰੇ ਝੂਠੇ, ਮੈਂ ਜੋ ਚਾਹਾਂ ਸੋ ਕਰਦੀ। ਮੈਂ ਕਹਿੰਦਾ ਮੇਰਾ ਵਾਹਿਗੁਰੂ ਵੱਡਾ ਜਿਹਦਾ ਤਕਦੀਰ ਵੀ ਪਾਣੀ ਭਰਦੀ। ਉੱਥੇ ਤਕਦੀਰ ਵੀ ਫੇਲ ਹੋ ਜਾਂਦੀਆਂ ਤਕਦੀਰਾਂ ਵੀ, ਉੱਥੇ ਮੌਤ ਵੀ ਮੱਥਾ ਟੇਕ ਦਿੰਦੀ ਹੈ ਜਿੱਥੇ ਗੁਰੂ ਦੇ ਪਿਆਰੇ ਦੀ ਗੱਲ ਆਉਂਦੀ ਹੈ, ਪੂਰਨ ਪੁਰਖਾਂ ਦੀ ਗੱਲ ਆਉਂਦੀ ਹੈ। ਜਿਤਨੇ ਵੀ ਸ਼ਹੀਦ ਸਿੰਘ ਹੋਏ ਆ ਨਾ, ਜਿਨ੍ਹਾਂ ਨੇ ਜਾਮਾ ਪੀਤਾ, ਉਹ ਬੜੇ ਅਵਸਥਾ ਵਾਲੇ ਮਾਲਕ ਸਨ। ਸੰਤ ਮਹਾਰਾਜ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲੇ ਮਹਾਂਪੁਰਸ਼ ਕਿਹਾ ਕਰਦੇ, ਪਹਿਲਾਂ ਇਬਾਦਤ ਫਿਰ ਸ਼ਹਾਦਤ। ਜੇ ਤੇਰੇ ਮਨ 'ਚ ਬਾਣੀ ਨਹੀਂ ਵਸੀ, ਰਸ ਨਹੀਂ ਆਇਆ ਨਾਮ ਦਾ, ਤੂੰ ਸ਼ਹਾਦਤ ਦੇ ਹੀ ਨਹੀਂ ਸਕਦਾ। ਕਹਿ ਦਿਓ ਸਤਨਾਮ ਸ਼੍ਰੀ ਵਾਹਿਗੁਰੂ, ਕਿਉਂਕਿ ਬਾਣੀ ਪੜ੍ਹ ਕੇ ਹੀ ਨਿਡਰ ਹੋਣਾ, ਬਾਣੀ ਪੜ੍ਹ ਕੇ ਹੀ ਅੰਦਰੋਂ ਸਪਿਰਟ ਪੈਦਾ ਹੋਣਾ, ਬਾਣੀ ਪੜ੍ਹ ਕੇ ਹੀ ਅੰਦਰੋਂ ਖੌਫ ਦੂਰ ਹੋਣਾ, ਮੌਤ ਦਾ ਡਰ ਫਿਰ ਦੂਰ ਹੋਏਗਾ। ਜੇ ਕੋ ਚਾਰ ਪਦਾਰਥ ਮੰਗ ਹੈ, ਸਾਧ ਜਨਾਂ ਕੀ ਸੇਵਾ ਲੱਗ ਹੈ।
ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਲਿਦੇ ਸਦਕਾ, ਜੇ ਕੋ ਆਪਣੀ ਸੋਭਾ ਲੋਰੈ ਸਾਹ ਸੰਗੇ ਹੋਮੈ ਸ਼ੋਰ, ਜੇ ਕੋ ਜਨਮ ਮਰਨ 'ਤੇ ਡਰੈ। ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਜਿਹਨੂੰ ਜਨਮ ਮਰਨ ਦਾ ਡਰ ਬਣਿਆ, ਜੇ ਕੋ ਜਨਮ ਮਰਨ 'ਤੇ ਡਰੈ ਸਾਧ ਜਨਾਂ ਕੀ ਸ਼ਰਣੀ ਭਰੈ, ਜਿਹ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ। ਤੂੰ ਗੁਰਮੁਖਾਂ ਦੀ ਸੰਗਤ ਕਰ, ਬਾਣੀ ਪੜ, ਤੇਰਾ ਜਨਮ ਮਰਨ ਦਾ ਡਰ ਵੀ ਚੱਕਿਆ ਜਾਏਗਾ। ਮੌਤ ਗੁਰੂ ਕਿਆ ਸਿੰਘਾਂ ਨੇ ਡਰਾਈ, ਬਈ ਮੌਤ ਕੋਲੋਂ ਸਿੰਘ ਨਾ ਡਰੇ। ਗੁਰੂ ਕਿਆ ਸਿੰਘਾਂ ਨੇ ਡਰਾਈ, ਮੌਤ ਕੋਲੋਂ ਸਿੰਘ ਨਾ ਡਰੇ। ਮੌਤ ਗੁਰੂ ਕਿਆ ਸਿੰਘਾਂ ਨੇ ਡਰਾਈ, ਮੌਤ ਕੋਲੋਂ ਸਿੰਘ ਨਾ ਡਰੇ। ਮੌਤ ਗੁਰੂ ਕਿਆ ਸਿੰਘਾਂ ਨੇ ਡਰਾਈ, ਮੌਤ ਕੋਲੋਂ ਸਿੰਘ ਨਾ ਡਰੇ। ਡਰਾਈ ਮੌਤ ਕੋਲੋਂ ਡਰੇ। ਸਿੰਘ ਸਿਰ ਕਟਵਾਉਣੋ ਨਹੀਂ ਮੁੜਦੇ, ਉਹ ਨਹੀਂ ਪਿੱਛੇ ਮੁੜਦੇ, ਮੁੜ ਜਾਂਦੇ ਮੂੰਹ ਤਲਵਾਰਾਂ ਦੇ। ਇਹ ਤੇ ਸਸਤਾ ਖੂਨ ਲਟਾਉਂਦੇ ਨੇ, ਪੁੱਛਦੇ ਨਹੀਂ ਭਾਅ ਬਾਜ਼ਾਰਾਂ ਦੇ। ਨਿੱਤ ਪੱਤ ਝੜਾਂ ਵਿੱਚ ਰਹਿੰਦੇ ਵੀ, ਜੰਗਲਾਂ 'ਚ ਰਹਿੰਦੇ ਗੁਰੂ ਕੇ ਪਿਆਰੇ। ਜੰਡ ਫਲੀ ਨੂੰ ਕਹਿਣ ਜਲੇਬੀ ਰਾਜੀ ਹੋ ਹੋਏ ਖਾਂਦੇ, ਜੰਡਾਂ ਦੀਆਂ ਫਲੀਆਂ ਖਾ ਕੇ ਵੀ ਕਹਿੰਦੇ ਜਲੇਬੀਆਂ ਛਕ ਲੀਆਂ, ਪਦਾਰ ਛਕ ਲਏ, ਖੁਸ਼ ਰਹਿੰਦੇ ਆ। ਪੱਤ ਝੜਾਂ 'ਚ ਰਹਿੰਦੇ ਆ, ਘੋੜੀਆਂ ਦੀਆਂ ਕਾਠੀਆਂ 'ਤੇ ਰਾਤਾਂ ਕੱਟਦੇ ਆ। ਕਹਿ ਦਿਓ ਸਤਨਾਮ ਸ਼੍ਰੀ ਵਾਹਿਗੁਰੂ। ਬਹੁਤ ਔਖਾ ਜੀਵਨ ਹੈ, ਬੜੀ ਔਖੀ ਕਾਟੀ ਹੈ। ਸਿੰਘ ਸਿੱਖ ਕਹਾਉਣਾ ਬੜਾ ਔਖਾ, ਪਰ ਜਦੋਂ ਗੁਰੂ ਦੀ ਕਸਵੱਟੀ 'ਤੇ ਪੂਰਾ ਉਤਰਨਾ ਨਾ, ਤਰਾਜੂ 'ਤੇ, ਫਿਰ ਪਤਾ ਲੱਗੇਗਾ। ਔਖੀ ਕਾਟੀ ਮੁਸ਼ਕਿਲ ਪੈਂਦਾ, ਉੱਥੇ ਪੰਡਿਤ ਪਹੁੰਚ ਨਾ ਸਕੇ। ਜਿੱਥੇ ਪਹੁੰਚੇ ਅਸੀਂ ਨਹੀਂ ਮਾਣੇ, ਉੱਥੇ ਭੈਣ ਸ਼ਾਹਾਂ ਨੂੰ ਧੱਕੇ। ਵੱਡੇ ਵੱਡੇ ਧਨਾੜ ਪੁਰਸ਼ ਫੇਲ ਹੋ ਜਾਂਦੇ ਆ, ਵਿੱਚ ਸਮੁੰਦਰ ਲਹਿਰਾਂ ਵਗਣ। ਘੱਟ ਕੋਈ ਕਹਾਉਂਦਾ ਇੱਕ ਦੂਜੀ ਤੋਂ ਅੱਗੇ, ਕਹਿੰਦਾ ਮੈਂ ਵੱਡਾ ਮੈਂ ਵੱਡਾ, ਪਰ ਗੱਲ ਉਦੋਂ ਹੋਣੀ ਹੈ ਜਦੋਂ ਕਸਵੱਟੀ ਪੈਣੀ, ਜਦੋਂ ਪੇਪਰ ਪੈਣੇ। ਫਿਰ ਪੂਰੇ ਨੰਬਰ ਲੈ ਕੇ ਭਾਈ ਮਤੀ ਦਾਸ ਜੀ, ਭਾਈ ਦਸੀ ਸਤੀ ਦਾਸ ਜੀ, ਭਾਈ ਦਿਆਲਾ ਜੀ, ਗੁਰੂ ਦੇ ਸਾਹਮਣੇ ਸ਼ਹੀਦ ਜਾਮਾ ਪੀ ਜਾਣਾ, ਇੱਕ ਤੇ ਖੇਡ। ਗੁਰੂ ਤੇਗ ਬਹਾਦਰ ਨਾਲ ਅਡੋਲ ਪਰਬ ਦੀ ਤਰ੍ਹਾਂ ਬੈਠੇ ਆ, ਤੇ ਜਲਾਲਦੀਨ ਵਾਰ ਕਰ ਰਹੇ ਆ ਮਹਾਰਾਜ ਜੀ ਦੇ ਸਿਰ ਤੇ, ਹੁਕਮ ਹੋ ਰਿਹਾ ਕਰੋ ਵਾਰ। ਜਦੋਂ ਵਾਰ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੀ, ਤੇ ਸਤਿਗੁਰਾਂ ਨੇ ਸਤਨਾਮ ਦਾ ਵਾਜਾ ਲਾਇਆ, ਸਤਕਰਤਕਾਰ ਕਹਿ ਕੇ ਬਾਣੀ ਪੜ੍ਹਦੇ ਆਪਣੀ ਸ਼ਹੀਦੀ, ਆਪਣੇ ਆਪ ਨੂੰ ਸੰਕੋਚ ਲਿਆ, ਨਿਰੰਕਾਰ ਦੇ ਦੇਸ਼ ਵਿੱਚ, ਨਿਰੰਕਾਰ ਦੀ ਜੋਤ ਵਿੱਚ ਸਮੇਟ ਲਿਆ। ਸਿਰ ਧਰ ਤੋਂ ਵੱਖਰਾ ਹੋਇਆ, ਇਤਨੀ ਤੇਜ਼ ਹਨੇਰੀ ਆਈ, ਇਤਨਾ ਚੇਤ ਤੂਫਾਨ ਆਇਆ, ਸਾਰੇ ਦਿੱਲੀ ਸ਼ਹਿਰ 'ਚ ਹਾਹਾਕਾਰ ਮੱਚ ਗਈ, ਰੌਲਾ ਪੈ ਗਿਆ, ਕਿਸੇ ਵੀ ਚੁੱਲ੍ਹੇ ਅੱਗ ਨਾ ਬਲੀ। ਇੱਧਰ ਭਾਈ ਜੈਤਾ ਜੀ, ਸਮਾਂ ਵੇਖਦਾ ਸੀ ਮੇਰੇ ਗੁਰੂ ਦੇ ਸੀਸ ਦਾ ਨਿਰਾਦਰ ਨਹੀਂ ਹੋਣਾ ਚਾਹੀਦਾ। ਰੋੜੀਆਂ ਠੀਕਰੀਆਂ, ਤੇਜ਼ ਤੂਫਾਨ, ਮਿੱਟੀ ਕੱਟਾ,
ਇਹਨਾਂ ਤੁਰਕਾਂ ਦੀਆਂ ਅੱਖਾਂ ਵਿੱਚ ਪਿਆ, ਸਭ ਅੰਨੇ ਹੋ ਗਏ, ਉੱਥੇ ਕੁਛ ਨਹੀਂ ਸੀ ਦਿਸਦਾ, ਆਪੋ ਤੜ ਪੈ ਗਈ। ਇਤਨਾ ਕਹਿਰ ਵਰਤਿਆ ਦਿੱਲੀ ਸ਼ਹਿਰ ਵਿੱਚ, ਹੈ ਸਭ ਜਗ ਵਯੋ, ਹਾਹਾਕਾਰ ਮੱਚ ਗਈ। ਜੈ 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 ਸਰਲੋਕ। ਸਮਾਂ ਵੇਖਦਿਆਂ ਭਾਈ ਜੈਤਾ ਜੀ ਸੁੰਦਰ ਚਾਦਰ ਵਸਤਰਾਂ 'ਚ ਲਪੇਟ ਕੇ ਗੁਰੂ ਕਾ ਸੀਸ ਅਨੰਦਪੁਰ ਸਾਹਿਬ ਵੱਲ ਨੂੰ ਚਾਲੇ ਮਾਰ ਗਏ। ਉੱਧਰ ਲੱਖੀ ਸ਼ਾਹ ਬਣਜਾਰਾ, ਇਹ ਰੂੰ ਵੇਚਦਾ ਸੀ, ਇਹਦਾ ਰੂੰ ਦਾ ਵਪਾਰ ਸੀ, ਗੱਡਾ ਲੱਦਿਆ ਰੂੰ ਦਾ। ਇਹਨੇ ਵੀ ਹਜ਼ੂਰ ਦੇ ਧੜ ਨੂੰ ਸੰਭਾਲਿਆ, ਮਹਾਰਾਜ ਜੀ ਆਪ ਜੀ ਧੜ ਦੀ ਸੇਵਾ ਦਾਸ ਨੂੰ ਮਿਲ ਜਾਏ, ਕਿੱਡੇ ਮੇਰੇ ਵੱਡੇ ਪਾਕ ਹੋਣਗੇ। ਆਪੇ ਘਰ ਜਾਂਦੇ, ਘਰ ਦੀ ਆਪਣੀ ਦਿੱਲੀ ਵਿੱਚ ਹਵੇਲੀ ਸੀ, ਬਹੁਤ ਵੱਡਾ ਘਰ ਸੀ, ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ। ਹੈ ਕੋਈ ਇਹੋ ਜਿਹਾ ਸਿੱਖ, ਐਸਾ ਕੋਈ ਨਾ ਜਨਮਿਆ, ਆਪਣੇ ਘਰ ਲਾਵੇ ਆਗ। ਪੰਚੋ ਲੜਕੇ ਜਾਰ ਕਹਿ ਰਹੇ ਰਾਮ ਲਿਬਲਾਗ। ਸਵਾਲ ਕੀਤਾ ਗੁਰੂ ਨਾਨਕ ਪਿਤਾ ਜੀਆਂ ਨੂੰ ਪ੍ਰੇਮੀਆਂ ਨੇ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ, ਵੀ ਸੱਚੇ ਪਾਤਸ਼ਾਹ ਜੇ ਘੜੇ 'ਚ ਸਰਾਖ ਬਹੁਤੇ ਹੋਣ, ਪਾਣੀ ਪਾਵਾਂਗੇ, ਦੁੱਧ ਪਾਵਾਂਗੇ, ਪਦਾਰਥ ਪਾਵਾਂਗੇ, ਨਿਕਲ ਜਾਏਗਾ। ਉਸ ਪਦਾਰਥ ਨੂੰ ਸਮੇਟਣ ਲਈ ਮਹਾਰਾਜ ਕੀ ਕਰਨਾ ਚਾਹੀਦਾ? ਜੇ ਕਾਮ ਕ੍ਰੋਧ ਅਹੰਕਾਰ ਦੇ, ਲੋਭ ਮੋਹ ਦੇ ਸਾਡੇ ਸਰੀਰ ਦੇ ਵਿੱਚ ਛੇਕ ਹੋ ਜਾਣ ਮਹਾਰਾਜ, ਫਿਰ ਨਾਮ ਕਿੱਥੇ ਟਿਕੇਗਾ? ਨਾਮ ਵਸਤੂ ਕਿਵੇਂ ਟਿਕੇਗੀ? ਇਹ ਕਿਰਪਾ ਕਰਕੇ ਦੱਸੋ। ਗੁਰੂ ਨਾਨਕ ਸਰੂਪ ਨੌਵੇਂ ਪਾਤਸ਼ਾਹ ਕਹਿੰਦੇ, ਪ੍ਰੇਮੀਓ, ਜਿਸ ਘੜੇ 'ਚ ਬਹੁਤੇ ਸਰਾਖ ਹੋ ਜਾਣ, ਘੜੇ ਨੂੰ ਪਾਣੀ 'ਚ ਡਬੋ ਲੈਣਾ ਚਾਹੀਦਾ, ਸਮੁੰਦਰ 'ਚ ਹੀ ਕਹਿ ਦਿਉ ਸਤਨਾਮ ਸ਼੍ਰੀ ਵਾਹਿਗੁਰੂ। ਜਿੱਥੇ ਵਿਕਾਰਾਂ ਦੇ ਸਰਾਖ ਹੋ ਜਾਣ, ਨਾਮ ਨਹੀਂ ਟਿਕਦਾ, ਉਸ ਮਨ ਹਿਰਦੇ ਨੂੰ ਨਾਮ 'ਚ ਹੀ ਭਿਉਂ ਕੇ ਰੱਖੋ, ਨਾਮ 'ਚ ਹੀ ਡਬੋ ਕੇ ਰੱਖੋ, ਨਾਮ ਰੂਪੀ ਸਮੁੰਦਰ ਗੰਗਾ 'ਚ ਹੀ ਡਬੋ ਕੇ ਰੱਖੋ, ਫਿਰ ਪਾਣੀ ਕਦੇ ਵੀ ਲੀਕ ਨਹੀਂ ਹੋਏਗਾ, ਤੁਹਾਡਾ ਖਜ਼ਾਨਾ ਭਰਪੂਰ ਹੋ ਜਾਏਗਾ। ਆਪਣੇ ਹਿਰਦੇ ਆਤਮਾ ਨੂੰ ਬਾਣੀ ਜੋੜ ਕੇ ਰੱਖੋ, ਇਹ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ। ਮੇਰਾ ਰੋਜ਼ਾਨਾ ਦਾ ਨਿਤਨੇ ਬਣਿਆ ਰਹੇ, ਬਾਣੀ ਪੜ੍ਹਦੇ ਰਹੀਏ, ਗੁਰੂ ਗੁਰੂ ਜਪਦੇ ਰਹੀਏ। ਸੱਚੇ ਪਾਤਸ਼ਾਹ ਮਿਹਰ ਰੱਖੋ, ਤੰਦਰੁਸਤੀ ਬਣੀ ਰਹੇ, ਘਰ 'ਚ ਇਤਫਾਕ ਪ੍ਰੇਮ ਬਣਿਆ ਰਹੇ, ਅਤੇ ਸਾਡੇ ਸਾਰਿਆਂ 'ਚ ਪਿਆਰ ਬਣਿਆ ਰਹੇ। ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ, ਮਿਹਰ ਕਰੋ। ਵਿੱਚ ਸਮੁੰਦਰ ਲਹਿਰਾਂ ਵਗਣ ਇੱਕ ਦੂਜੀ ਤੋਂ ਅੱਗੇ, ਇੱਕ ਦੂਜੀ ਨੂੰ ਇਹ ਗੱਲ ਆਖਣ, ਇੱਕ ਉੱਟ ਪੀ ਲੈ ਨਾਮ ਸਾਈਂ ਦਾ, ਤੇਰੀ ਉਮਰ ਲਹਿਰ ਦੀ ਵੱਗੇ। ਗੁਰਮੁਖ ਵਾਜੋਂ ਇਸ ਰਮਜ ਨੂੰ ਹੋਰ ਨਾ ਕੋਈ ਜਾਣੇ, ਹੀਰੇ ਵਾਲੀ ਕੀਮਤ ਮੇਰੀ ਕੋਈ ਜੌਹਰੀ ਅੱਖ ਪਛਾਣੇ। ਇਹ ਤਾਂ ਕੋਈ ਜੌਹਰੀ ਹੈ ਨਾ, ਕੋਈ ਪਾਰਖ ਹੋਏਗਾ, ਉਹੀ ਪਰਖੇਗਾ ਤੇ ਸਿੱਖ ਨੂੰ ਤੇ ਸਿੱਖੀ ਨੂੰ। ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਗੁਰਸਿੱਖਾਂ ਦੀ ਪਰਖ ਕੀਤੀ, ਪੂਰੇ ਨੰਬਰ ਲੈ ਕੇ ਪਾਸ ਹੋਏ। ਇੱਧਰ ਭਾਈ ਜੈਤਾ ਜੀ ਸੀਸ ਲੈ ਕੇ ਹਜ਼ੂਰ ਦਾ ਅਨੰਦਪੁਰ ਸਾਹਿਬ ਪਹੁੰਚਾ। ਰਾਹ 'ਤੇ ਇੱਕ ਧੋਬੜੀ ਸਾਹਿਬ ਗੁਰਦੁਆਰਾ ਆਉਂਦਾ ਹੈ, ਧੋਬੀ ਸੀ। ਸਮਾਂ ਵੇਖਦਿਆਂ ਵੀ ਪਿੱਛੇ ਤੁਰਕ ਨਾ ਪੈ ਜਾਣ ਕਿਤੇ, ਪਿੱਛੇ ਕੋਈ ਸੂਈਆ ਖਬਰ ਲੈਂਦਾ ਨਾ, ਆਏ ਝਾੜੀਆਂ ਦੇ ਓਹਲੇ ਵਿੱਚ ਲੁਕ ਗਏ ਸਾਰੀ ਰਾਤ, ਵਾਹਿਗੁਰੂ ਦਾ ਜਾਪ ਕਰਦੇ ਰਹੇ ਭਾਈ ਜੈਤਾ ਜੀ। ਉੱਧਰ ਧੋਬੀ ਕੱਪੜੇ ਧੋਣ ਵਾਸਤੇ ਆਇਆ, ਦੇਖਿਆ ਵੀ ਝਾੜੀਆਂ 'ਚ ਹਿਲਚਲ ਜੀ ਹੋ ਰਹੀ ਹੈ। ਧੋਬੀ ਨੇ ਵੇਖਿਆ, ਕੌਣ ਹੈ ਬਾਈ ਤੂੰ? ਸੱਚ ਦੱਸਿਆ ਵੀ ਮੈਂ ਭਾਈ ਜੈਤਾ ਹਾਂ, ਦਿੱਲੀ ਤੋਂ ਆਇਆ ਹਾਂ।
ਸਾਰੀ ਵਾਰਤਾ ਸੁਣਾਈ। ਧੋਬੀ ਸਮਝ ਗਿਆ ਇਹ ਗੁਰੂ ਤੇਗ ਬਹਾਦਰ ਮਹਾਰਾਜ ਸਿੱਖ ਸੀ ਸੱਚੇ ਪਾਤਸ਼ਾਹ ਦਾ। ਕਹਿੰਦੇ ਤੇਰੇ ਹੱਥ 'ਚ ਕੀ ਹੈ? ਕਹਿੰਦੇ ਮੈਂ ਘਰ ਜਾ ਕੇ ਦੱਸਾਂਗਾ। ਕਈ ਗੱਲਾਂ ਗੁਪਤ ਪੈਰੇ ਹੁੰਦੇ ਆ। ਧੋਬੀ ਨੇ ਸਾਰੇ ਵਸਤਰ ਧੋਣ ਵਾਸਤੇ ਲੈ ਕੇ ਗਿਆ ਸੀ, ਕਹਿੰਦੇ ਚੱਲ ਘਰ। ਜਦੋਂ ਘਰ ਗਿਆ ਉੱਚੀ ਜਗ੍ਹਾ 'ਤੇ ਮਹਾਰਾਜ ਜੀ ਦਾ ਆਸਣ ਲਾ ਦਿੱਤਾ ਗਿਆ। ਉਸ ਸੀਸ ਨੂੰ ਟਕਾ ਦਿੱਤਾ ਗਿਆ। ਫਿਰ ਗੁਰਸਿੱਖ ਨੇ ਤਾਹਾਂ ਮਾਰ ਕੇ ਸਾਰੀ ਗੱਲ ਦੱਸੀ ਭਾਈ ਜੈਤਾ ਜੀ ਨੇ ਵੀ ਏਦਾਂ ਆਹ ਸਾਰੀ ਕਹਾਣੀ ਬਣੀ। ਸਤਿਗੁਰੂ ਨੇ ਆਪਣਾ ਸ਼ਹੀਦੀ ਜਾਮਾ, ਆਪਣਾ ਸਰੀਰ ਰੂਪੀ ਠੀਕਰਾ ਜਾ ਰੰਗ ਜੇ ਬਾਦਸ਼ਾਹ ਦੇ ਸਿਰ 'ਤੇ ਪੰਨਿਆ। ਤਿਲਕ ਜੰਜ ਦੀ ਖਾਤਰ ਮਹਾਰਾਜ ਨੇ ਆਪਣਾ ਸੀਸ ਲਾ। ਮੈਂ ਸੀਸ ਦੀ ਸੰਭਾਲ ਕਰਨ ਵਾਸਤੇ ਅਨੰਦਪੁਰ ਸਾਹਿਬ ਨੂੰ ਜਾ ਰਿਹਾ, ਆਹ ਸੇਵਾ ਮਿਲੀ। ਦਰਸ਼ਨ ਕਰਦੇ ਹਾਂ, ਧੋਬੀ ਨੇ ਇੱਕ ਵਸਤਰ ਲਾਇਆ, ਦੂਜਾ ਲਾਇਆ, ਤੀਜਾ ਲਾਇਆ, ਸੱਤ ਵਸਤਰਾਂ 'ਚ ਲਪੇਟਿਆ ਹੋਇਆ ਹਜ਼ੂਰ ਦਾ ਸੁੰਦਰ ਸਰੀਰ, ਸੋਹਣਾ ਸੁੰਦਰ ਸੀਸ। ਦਰਸ਼ਨ ਕੀਤਾ ਸਾਰੀ ਰਾਤ। ਧੋਬੀ ਇੱਕ ਕੱਪੜੇ ਦੇ ਪੱਲੂ ਚੌੜ ਤਾਂ ਹੈ ਹੀ ਨਹੀਂ ਸੀ, ਕੱਪੜੇ ਦਾ ਪੱਲੂ ਲੈ ਕੇ ਸਾਰੀ ਰਾਤ ਚੌੜ ਦੀ ਸੇਵਾ ਨਿਭਾਉਂਦਾ ਰਿਹਾ ਅਤੇ ਨਾਲ ਗਾਉਂਦਾ ਰਿਹਾ, ਸੱਚੇ ਪਾਤਸ਼ਾਹ ਮੈਂ ਤਾਂ ਉਡੀਕਦਾ ਸਾਂ ਤੁਹਾਡੇ ਦਰਸ਼ਨ ਹੋਣਗੇ, ਪਰ ਕਿਹੜੇ ਰੂਪ 'ਚ ਦਰਸ਼ਨ ਹੋਏ ਹੈ, ਕਿਸ ਰੂਪ 'ਚ ਆਏ ਹੋ, ਇਹ ਮਹਾਰਾਜ ਤੁਹਾਡੀਆਂ ਤੁਸੀਂ ਜਾਣੋ। ਕਿਹੜੇ ਰੂਪ 'ਚ ਦਿਦਾਰਿਆ ਕੇ ਦੇ ਦਿੱਤਾ ਮੈਂ ਬਲਿਹਾਰੇ ਗੁਰੂ ਜੀ, ਰੂਪ ਵਿੱਚ ਦਰਸ਼ਨਿਆ ਕੇ ਦੇ ਦਿੱਤਾ ਮੈਂ ਬਲਿਹਾਰੇ ਗੁਰੂ ਜੀ, ਕਿਹੜੇ ਰੂਪ ਵਿੱਚ ਦਿਦਾਰਿਆ ਕੇ ਦੇ ਦਿੱਤਾ ਮੈਂ ਬਲਿਹਾਰੇ ਗੁਰੂ ਜੀ, ਕਿਹੜੇ ਰੂਪ ਵਿੱਚ ਦਿਦਾਰਿਆ ਕੇ ਦੇ ਦਿੱਤਾ ਮੈਂ ਬਲਿਹਾਰੇ ਗੁਰੂ ਜੀ। ਪਿਆਰੇ ਕੀ ਪੁਰਾਣੇ ਰੂਪ ਹੋਰ ਤਾਰਿਆ, ਮੇਰੇ ਪਿਆਰੇ ਗੁਰਾਨੇ ਰੂਪ ਹੋਰ ਤਾਰਿਆ, ਮੇਰੇ ਪਿਆਰੇ ਗੁਰਾਨੇ ਰੂਪ ਹੋਰ ਤਾਰਿਆ, ਮੇਰੇ ਪਿਆਰੇ ਗੁਰਾਨੇ ਰੂਪ ਹੋਰ ਤਾਰਿਆ, ਪੁਰਾਣੇ ਰੂਪ ਹੋਰ ਤਾ ਦੇਣ ਆਏ ਨੇ ਦਿਦਾਰੇ ਮੇਰੇ ਗੁਰੂ ਜੀ, ਪੁਰਾਣੇ ਰੂਪ ਹੋਰ ਤਾਰਿਆ ਮੇਰੇ ਗੁਰੂ ਜੀ, ਪੁਰਾਣੇ ਰੂਪ ਹੋਰ ਤਾਰਿਆ ਗੁਰਾਨੇ ਰੂਪ ਹੋਰ ਤਾਰ, ਗੁਰਾਨੇ ਰੂਪ ਹੋਰ ਤਾਰ।
ਚੋਜੀ ਮੇਰੇ ਪ੍ਰੀਤਮਾ, ਚੋਜੀ ਮੇਰੇ ਪਿਆਰਿਆ, ਮੈਂ ਹਰ ਪ੍ਰਭ ਅੰਤਰ ਚੋਜੀ ਜੀਓ। ਮੈਂ ਇਸ ਕਰਤੱਬ ਨੂੰ, ਇਸ ਚੋਜ ਨੂੰ ਕੀ ਜਾਣਾ ਮਹਾਰਾਜ, ਦਰਸ਼ਨ ਦੇਣ 'ਤੇ ਆਇਓ ਪਰ ਰੂਪ ਹੋਰ ਤਾਰਿਆ। ਬੜੇ ਚਾਵਾਂ ਨਾਲ ਡੀਕਦਾ ਸੀ, ਸਾਰੀ ਰਾਤ ਸੇਵਾ ਸੰਭਾਲ ਕੀਤੀ, ਅੰਮ੍ਰਿਤ ਵੇਲੇ ਭਾਈ ਜੈਤਨ ਜਲ ਪੂਜਨ ਸ਼ਿਕਾਇਤ ਅਤੇ ਅੱਗੇ ਵਿਦਾ ਕਰ ਦਿੱਤਾ। ਭਾਈ ਜੈਤਾ ਜੀ, ਜਦੋਂ ਬਾਲਾ ਪ੍ਰੀਤਮ ਜੀ ਨੂੰ ਪਤਾ ਲੱਗੇ, ਗੁਰੂ ਗੋਬਿੰਦ ਬਾਲ ਰਾਏ ਗੋਬਿੰਦ ਰਾਏ ਜੀ ਨੂੰ ਕੀਰਤਪੁਰ ਸਾਹਿਬ ਆ ਕੇ ਪਾਲਕੀ ਲੈ ਕੇ ਆਏ, ਸੁੰਦਰ ਸੀਸ ਨੂੰ ਅਨੰਦਪੁਰ ਸਾਹਿਬ ਲੈ ਜਾਇਆ ਗਿਆ। ਜਾ ਕੇ ਬੜੇ ਪ੍ਰੇਮ ਸਤਿਕਾਰ ਨਾਲ ਅਦੋ ਨਾਲ ਸੰਸਕਾਰ ਕੀਤਾ ਗਿਆ, ਜਿੱਥੇ ਅੱਜ ਸ਼ਹੀਦ ਸਰ ਗੁਰਦੁਆਰਾ ਬਣਿਆ ਅਨੰਦਪੁਰ ਸਿਧਰਤੀ। ਜਦੋਂ ਮਹਾਰਾਜ ਅਨੰਦਗੜ੍ਹ ਦਾ ਕਿਲਾ ਛੱਡਿਆ ਅਤੇ ਬਾਬਾ ਗੁਰਬਖਸ਼ ਸਿੰਘ ਮਹੰਤ ਦੀ ਸੰਪਰਦਾ ਵਿੱਚੋਂ ਸੀ, ਕਹਿੰਦੇ ਬਾਬਾ ਜੀ ਸੇਵਾ ਸੰਭਾਲ ਅਤੇ ਜੋ ਬੱਤੀ ਤੁਸੀਂ ਇੱਥਾਂ ਕਰਨੀ ਹੈ, ਇੱਥੇ ਸੇਵਾ ਨਿਭਾਉਣੀ ਹੈ। ਅਤੇ ਬਾਬਾ ਗੁਰਬਖਸ਼ ਜੀ ਨੇ ਆਖਿਆ, ਮਹਾਰਾਜ ਠੀਕ ਹੈ, ਡਿਊਟੀ 'ਤੇ ਮੇਰੀ ਲਾ ਚੱਲਿਓ। ਖਾਲਸਾ ਪੰਥ ਸਾਰਾ ਤੁਰ ਚੱਲਿਆ, ਸਾਰਾ ਪਰਿਵਾਰ ਤੁਰ ਚੱਲਿਆ, ਆਪ ਜੀ ਅਨੰਦਗੜ੍ਹ ਦਾ ਕਿਲਾ ਖਾਲੀ ਕਰ ਚੱਕੇ ਹੋ, ਅਤੇ ਮਹਾਰਾਜ ਇੱਥੇ ਲੰਗਰ ਪਾਉਣ ਅਤੇ ਹੋਰ ਪ੍ਰਬੰਧ। ਗੁਰੂ ਜੀ ਕਹਿੰਦੇ ਇਸ ਗੱਲ ਦਾ ਸੰਸਾ ਨਾ ਕਰ ਬਾਬਾ ਗੁਰਬਖਸ਼ ਜੀ, ਇਹ ਸੇਵਾ ਨੂੰ ਸਤ ਕਰਕੇ ਚੋਲੀ 'ਚ ਪਾ ਲਓ, ਚੇਤੇ ਰੱਖਿਓ, ਤੁਸੀਂ ਰਸਨ ਪਾਣੀ ਦੀ ਚਿੰਤਾ ਕਰ ਦਿਓ, ਇੱਥੇ ਤਾਂ ਗੱਡਿਆਂ ਦੇ ਗੱਡੇ ਟਰਾਲੇ ਟਰਾਲੇ ਰਸਨਾਂ 'ਤੇ ਆਇਆ ਕਰਨਗੇ। ਅੱਜ ਕਮੀ ਹੈ ਕਿਸੇ ਗੱਲ ਦੀ? ਅਨੰਦਪੁਰ ਸਾਹਿਬ ਜਾਓ, ਕਿਸੇ ਗੱਲ ਦੀ ਕਮੀ ਹੈ? ਅੱਜ ਦਿਨ ਰਾਤ ਲੰਗਰ ਛੇਤਰ ਚੱਲ ਰਹੇ, ਗੱਡਿਆਂ ਦੇ ਗੱਡੇ ਰਸਨ ਭਰ ਕੇ ਆਇਆ ਕਰਨਗੇ। ਤੁਸੀਂ ਸ਼ਰਧਾ ਨਾਲ ਸੇਵਾ ਨਿਭਾਓ ਮੇਰੇ ਗੁਰੂ ਪਿਤਾ ਜੀ ਦੇ, ਜਿਹਦੇ ਸੀ ਦਾ ਸੰਸਕਾਰ ਹੋਇਆ। ਦੀਵਾ ਬੱਤੀ ਕਰਦੇ ਰਹਿਣਾ, ਗੁਰੂ ਗੁਰੂ ਜਪਦੇ ਰਹਿਣਾ, ਮੈਂ ਖਾਲਸੇ ਰੂਪ 'ਚ ਤੁਹਾਡੀ ਪੂਰੀ। ਦਿਨ ਰਾਤ ਲੰਗਰ ਛੇਤਰ ਇੱਥੇ ਪੂਰੀ ਸੇਵਾ ਨਿਭਾਵਾਂਗਾ, ਤੁਸੀਂ ਇਸ ਗੱਲ ਦੀ ਚਿੰਤਾ ਨਹੀਂ ਕਰਨੀ। ਨਾਨਕ ਚਿੰਤਾ ਮਤ ਕਰ, ਚਿੰਤਾ ਤੁਸੀਂ ਹੈ ਜਲਮੈ ਜਨ ਤੋਂ ਪਾਏ ਕਹਿ ਤਿੰਨਾ ਪੀਰੋ ਜੀ ਦੇ। ਆਪਣੇ ਮਹਾਂਪੁਰਖ ਵੇਖ ਲਓ, ਜਿੱਥੇ ਵੀ ਕਿਤੇ ਕੋਈ ਆਫਤ ਪੈਂਦੀ ਸੀ, ਜਿੱਥੇ ਵੀ ਕਿਤੇ ਸੰਸਾਰ 'ਚ ਕਿਸੇ ਵੀ ਧਰਮ ਵਿੱਚ ਕੋਈ ਭੀੜ ਪੈਂਦੀ ਸੀ, ਕੀ ਭੁੱਜ ਦਾ, ਕੀ ਗੁਜਰਾਤ ਦਾ ਲਾਗਾ, ਕੀ ਬਾਹਰਲੇ ਟਾਪੂ, ਜਿੱਥੇ ਜਿੱਥੇ ਵੀ ਕਿਸੇ ਆਵਾਜ਼ ਪਾਈ ਵੀ ਆਹ ਚੀਜ਼ ਦੀ ਲੋੜ ਹੈ, ਸਭ ਤੋਂ ਪਹਿਲਾਂ ਸੰਤ ਬਾਬਾ ਮਾਨ ਸਿੰਘ ਜੀ ਮਹਾਂਪੁਰਖ ਆਪਣਾ ਸਰੀਰ ਲੈ ਕੇ ਜਾਂਦੇ ਸਨ, ਆਪਣੇ ਬਹਿੰਗਵਾਂ ਨੂੰ ਲੰਗਰ ਛੇਤਰ ਲਾਉਂਦੇ ਸਨ। ਇਹੀ ਤਾਂ ਫਰਕ ਹੈ। ਪਰਉਪਕਾਰੀ ਰੂਹ ਦੇ ਮਾਲਕ ਨਿਧੜਕ ਸੂਰਮੇ ਬੇਪਰਵਾਹ ਸਾਧੂ, ਮੈਂ ਇਹੋ ਜਿਹੇ ਨਹੀਂ ਵੇਖਣੇ ਸੰਸਾਰ ਦੇ। ਬਹੁਤ ਆਨੰਦ ਵਿੱਚ ਰਹਿੰਦੇ ਸਨ, ਮਸਤੀ 'ਚ ਰਹਿੰਦੇ ਸਨ। ਜੋ ਆਇਆ ਬਚਨ ਮੁੱਖੋਂ ਕਹਿ ਦੇਣਾ ਬਸ। ਜਿਨ੍ਹਾਂ ਜਿਨ੍ਹਾਂ ਨੇ ਸੰਗਤ ਕੀਤੀ, ਦਿਦਾਰਾ ਕੀਤਾ, ਅੱਜ ਉਹ ਸੰਗਤਾਂ ਤਾਹਾਂ ਮਾਰ ਕੇ ਰੋਂਦੀਆਂ। ਜਦੋਂ ਵੀ ਕਿਤੇ ਬਚਨ ਕਰੀਏ ਮਹਾਂਪੁਰਖਾਂ ਦੇ, ਉਸੇ ਟਾਈਮ ਸਜਲ ਨੇਤਰ ਹੋ ਜਾਂਦੇ। ਸਾਡੇ ਹਿਰਦੇ 'ਚ ਹੁਣ ਯਾਦਾਂ ਰਹਿ ਗਈਆਂ, ਜੋ ਖੇਡ ਸੀ ਉਹ ਬਣ ਗਈ, ਪਰ ਉਮੀਦ ਨਹੀਂ ਸੀ ਵੀ ਇੰਨੀ ਛੇਤੀ ਤਿਆਰਾ ਕਰ ਲੈਣਗੇ। ਪਰ ਵਾਹਿਗੁਰੂ ਦਾ ਹੁਕਮ ਟਾਲਿਆ ਵੀ ਨਹੀਂ ਨਾ ਜਾ ਸਕਦਾ। ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਰਾਰੀ ਰੇ, ਆਵੇ ਨਾ ਜਾਵੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ। ਬਸ ਹੁਣ ਤਾਂ ਜਦੋਂ ਨੇਤਰ 'ਚ ਬੈਠੀ ਰਹਿ, ਸੰਤ ਮਹਾਰਾਜ ਵੱਡਿਆਂ ਦਾ ਸਰੂਪ ਵੇਖ ਲਈਦਾ, ਬਾਬੇ ਭੇਵੇਲ ਮਹਾਂਪੁਰਖਾਂ ਦਾ,
ਬਸ ਦਿਲਾਂ 'ਚ ਯਾਦਾਂ ਰਹਿ ਗਈਆਂ। ਹੁਣ ਕਦੋਂ ਮਿਲੋਗੇ ਜੀ, ਅੱਜ ਦੇ ਵਿਛੜੇ ਹੁਣ ਦੇ ਵਿਛੜੇ ਕਦੋਂ ਮਿਲੋਗੇ, ਹੁਣ ਦੇ ਵਿਛੜੇ ਹੁਣ ਕਦੋਂ ਮਿਲੋਗੇ ਜੀ, ਵਿਛੜੇ ਹੁਣ ਦੇ ਵਿਛੜੇ ਹੁਣ ਕਦੋਂ ਮਿਲੋਗੇ ਜੀ, ਵਿਛੜੇ ਹੁਣ ਦੇ ਵਿਛੜੇ ਦਾਤਾ ਕਦੋਂ ਮਿਲੋਗੇ ਜੀ, ਅੱਜ ਦੇ ਵਿਛੜੇ ਹੁਣ ਦੇ ਹੁਣ ਕਦੋਂ ਮਿਲੋਗੇ ਜੀ, ਅੱਜ ਦੇ ਵਿਛੜੇ ਹੁਣ ਦੇ ਵਿਛੜੇ ਕਦੋਂ ਮਿਲੋਗੇ ਜੀ, ਅੱਜ ਦੇ ਵਿਛੜੇ ਹੁਣ ਦੇ ਵਿਛੜੇ ਹੁਣ ਕਦੋਂ ਮਿਲੋਗੇ ਜੀ, ਹੁਣ ਦੇ ਵਿਛੜੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੈਤੋ ਤੂੰ ਭਗਵੰਤਾ, ਕਦੋਂ ਦਰਸ਼ਨ ਹੋਣਗੇ, ਮੋਏ ਰਹਿਣ ਨਾ ਵਿਹਾਵੈ, ਪ੍ਰੇਮੀਆਂ ਲਈ ਰਾਤ ਗੁਜ਼ਾਰਨੀ ਔਖੀ ਹੋ ਜਾਂਦੀ, ਜਿਹੜਾ ਦਿਨ ਹੈ ਨਾ ਬਣ ਕੇ ਬਚਨ ਹੈ ਚਾਰ ਯੁੱਗਾਂ ਦੇ ਸਮਾਨ ਹੋ ਜਾਂਦਾ, ਚਾਰ ਯੁੱਗ ਜਿਵੇਂ ਬੀਤਦੇ ਹੈ ਨਾ, ਜਿਹੜੇ ਪਿਆਰ ਕਰਨ ਵਾਲੇ ਸਨੇਹ ਕਰਨ ਵਾਲੇ ਗੁਰੂ ਪੀਰਾਂ ਨੂੰ ਗੁਰਮੁਖਾਂ ਨੂੰ ਸਖੀਆਂ ਨੂੰ, ਚਾਰ ਪਹਿਰ ਚੋ ਜੁਗੇ ਸਮਾਨੇ ਰਹਿਣ ਗਈ ਤਬ ਅੰਤ ਨਾ, ਕਹਿੰਦੇ ਜਦੋਂ ਰਾਤ ਆਉਂਦੀ ਹੈ ਫਿਰ ਤਾਂ ਅੰਤ ਹੀ ਨਹੀਂ ਹੈ, ਵਿਛੋੜੇ ਦੀ ਅੱਗ ਵਿੱਚ ਭੁੱਜਦਾ ਰਹਿੰਦਾ ਮਨ, ਤੁਰੇ ਫਿਰਦਾ ਪ੍ਰੇਮੀ, ਤੁਰੇ ਫਿਰਦੇ ਆ ਸ਼ਰਧਾਲੂ, ਪਰ ਸਾਨੂੰ ਲੱਗਦੇ ਆ ਤੁਰੇ ਫਿਰਦੇ ਆ, ਪਰ ਅੰਦਰੋਂ ਉਹਨਾਂ ਦੇ ਹਿਰਦੇ ਸੁਲਗਦੇ ਰਹਿੰਦੇ ਸੁਲਗਦੇ। ਸਧਾਰਨ ਤੌਰ 'ਤੇ ਇੱਦਾਂ ਸਮਝੋ ਜਿਵੇਂ ਗਿੱਲੇ ਗੋਹੇ ਨੂੰ ਪਾਥੀ ਨੂੰ ਅੱਗ ਪੈ ਜਾਏ, ਉਹ ਮੱਚਦੀ ਨਹੀਂ ਸੁਲਗਦੀ ਰਹਿੰਦੀ, ਉਹ ਗੋਹਾ ਮੱਚਦਾ ਨਹੀਂ ਸੁਲਗਦਾ ਹੀ ਰਹਿੰਦਾ, ਇਸ ਤਰ੍ਹਾਂ ਹਿਰਦੇ ਉਹਨਾਂ ਦੇ ਅੰਦਰੋਂ ਬਲੁੰਦਰੇ ਜਾਂਦੇ ਆ। ਜਦੋਂ ਮਹਾਰਾਜ ਜੀ ਦਾ ਬਵਾਨ ਤੁਰਿਆ ਸੀ ਨਾ, ਜਦੋਂ ਵਿਦਾ ਕਰਨ ਗਏ ਸਾ ਪਜਲ ਵਿੱਚ ਮਹਾਂਪੁਰਖਾਂ ਦਾ ਸਰੀਰ, ਉਹ ਵੇਖਣ ਵਾਲਾ ਸੀਨ ਸੀ, ਭਾਈ ਓਮਕਾਰ ਸਿੰਘ ਜੀ ਬੈਠੇ ਆ, ਕਿਉਂਕਿ ਅਨਾਊਂਸ ਹੋਈ ਜੀ ਆਹ ਸਰੀਰ ਆ ਜਾਣ, ਪਰ ਇਹਨਾਂ ਤੋਂ ਰਹਿ ਨਹੀਂ ਹੋਇਆ, ਝੱਟ ਹੀ ਕਿਸ਼ਤੀ ਨੂੰ ਹੱਥ ਪਾ ਲਿਆ, ਇੰਨੀ ਮੁਸ਼ਕਿਲ ਛਾਲ ਮਾਰ ਕੇ ਬਾਬਾ ਜੀ ਦੇ ਬਵਾਣ 'ਚ ਬੈਠ ਗਏ। ਇਹ ਪਿਆਰ ਹੈ, ਪਰ ਕੀ ਪਤਾ ਸੀ, ਬੜੇ ਭੋਗ ਪਾਏ ਥਾਂ ਥਾਂ ਗਏ, ਪਰ ਕੀ ਪਤਾ ਸੀ ਨਾਲ ਰਹਿਣ ਵਾਲੇ ਪਿਆਰ ਕਰਨ ਵਾਲੇ ਕੀਰਤਨ ਸੋਹਲੀ ਦੀ ਸੇਵਾ ਦਾਸ ਤੋਂ ਲੈਣਗੇ। ਚੁਪਈ ਸਾਹਿਬ ਦਾ ਪਾਠ ਕੀਤਾ, ਕੀਰਤਨ ਸੋਹਲੀ ਦੀ ਬਾਣੀ ਦਾ ਅਰਦਾਸ ਹੋਈ, ਜਿਵੇਂ ਛੱਡ ਕੇ ਆਏ ਹੋ ਉਹ ਤਾਂ ਉਸ ਵਕਤ ਸੰਗਤ ਜਾਣਦੀ ਹੈ, ਬਹੁਤ ਮੁਸ਼ਕਿਲ ਹੋ ਜਾਂਦਾ। ਸੰਤ ਮਹਾਰਾਜ ਵੱਡਿਆਂ ਦਾ ਸਰੀਰ ਜਦੋਂ ਛੱਡ ਕੇ ਆਏ ਸਾਂ, ਗਿਆਨੀ ਜੈਲ ਸਿੰਘ ਜੀ ਆਏ ਸਨ, ਗ੍ਰਹਿ ਮੰਤਰੀ ਬੂਟਾ ਸਿੰਘ, ਹੋਰ ਸਾਰੇ ਫੁੱਲਾਂ ਦੀ ਵਰਖਾ ਹੋਈ ਸੀ, ਉਹੀ ਸੀਨ ਮੇਰੇ ਅੱਖਾਂ ਦੇ ਸਾਹਮਣੇ ਆਇਆ, ਸੰਗਤ ਧਾਹਾਂ ਮਾਰਦੀਆਂ ਤੇ ਸ਼ਬਦ ਪੜ੍ਹਦੀਆਂ ਵਾਪਸ ਪਰਤ ਆਈਆਂ, ਜ਼ੋਰ ਵੀ ਕੀ ਹੈ।
ਅੱਗੇ ਮੌਤ ਦੇ ਪੇਸ਼ ਨਾ ਜਾਂਦੀ ਕੋਈ, ਰੋਜ਼ ਦਾ ਵਿਛੋੜਾ ਪਾਪ ਦੇ ਪੇਸ਼ ਨਾ ਕੋਈ, ਜਿਸ ਦਾ ਵਿਛੋੜਾ ਪਾਪ ਕੋਈ, ਰੋਜ਼ ਦਾ ਵਿਛੋੜਾ ਪਾਪ ਅੱਗੇ ਹੋਣੀ ਦੇ ਪੇਸ਼ ਨਾ ਹਾਂਜੀ, ਨਿੱਤ ਦਾ ਵਿਛੋੜਾ ਪਾਪ ਸਾਡੇ ਤ੍ਰੈਮਣ ਦਿਹੁਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤਾ ਸੁਣੀ ਵੰਨ, ਮਲਕਲ ਮੌਤ ਜੇ ਆਪਸੀ ਸਭ ਦਰਵਾਜ਼ੇ ਭੰਨ, ਇਹਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਵੰਨ, ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਾਹ ਆਏ ਕੰਮ। ਭਗਤ ਕਬੀਰ ਜੀ ਪਹਿਲਾਂ ਸੰਸਾਰ ਦੀ ਗੱਲ ਕਰਦੇ ਆ, ਦੁਨਿਆਵੀ ਪੁਰਖਿਆਂ ਦੀ ਗੱਲ ਕਰਦੇ ਆ, ਐਸੋ ਇਹ ਸੰਸਾਰ ਵੇਖਣਾ, ਅੱਖਾਂ ਨਾਲ ਵੇਖਿਆ, ਰਹਿਣ ਨਾ ਕਹੁ ਪਈਏ ਰੇ, ਕੋਈ ਨਹੀਂ ਰਿਹਾ, ਸਭਨਾਂ ਨੇ ਤੁਰ ਜਾਣਾ, ਬਾਰੇ ਬੁੱਢੇ ਤਰਨੇ ਭਈਆ ਸਭੂ ਜਮ ਲੈ ਜਈਆ ਰੇ, ਸੂਦੇ ਸੂਦੇ ਰੇਗ ਚਲੋ ਤੁਮ ਨਤਰਕ ਤੱਕਾ ਦਬਈਆ ਰੇ, ਮਾਣ ਸਮੂਸਾ ਵਪਰਾ ਕਿਨੋ ਮੀਤ ਬਲਈਆ ਖਈਆ ਰੇ, ਧਨਵੰਤਾਰ ਨਿਰਧਨ ਮਨੀ ਤਾਂ ਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਭ ਕਰ ਮਾਰੇ, ਵੱਡੇ ਵੱਡਿਆਂ ਲੋਕਾਂ ਦੀਆਂ ਉਦਾਹਰਨਾਂ ਦੇ ਕੇ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ, ਐਸੋ ਕਾਲ ਵਡਾਨੀ ਰੇ, ਇਹ ਕਾਲ ਇਤਨਾ ਬਲੀ ਹੈ ਇਹਨੇ ਕਿਸੇ ਨੂੰ ਛੱਡਿਆ ਨਹੀਂ ਹੈ, ਕਦੋਂ ਆ ਜਾਏ ਕਿਵੇਂ, ਕਦੋਂ ਆ ਜਾਏ ਕਿਵੇਂ ਆ ਜਾਏ, ਇਹ ਵਾਹਿਗੁਰੂ ਦੇ ਹੱਥ ਡੋਰਾ, ਜਦੋਂ ਪਰਮਾਤਮਾ ਨਿਰੰਕਾਰ ਦਾ ਹੁਕਮ ਹੋਇਆ ਫਿਰ ਇਹ ਕਾਲ ਦੇਵਤਾ ਵਿਦਾਤਾ ਉਹ ਖੇਡ ਬਣਾ ਦਿੰਦਾ, ਹੋਈ ਧਰਤੀ ਆ ਜਾਂਦੀ ਹੈ, ਸਮਾਂ ਆ ਜਾਂਦਾ, ਜਾਣਾ ਪਾਣੀ ਪੂਰਾ ਹੋ ਜਾਂਦਾ, ਆ ਗਿਆ ਹੋ ਗਿਆ। ਫਿਰ ਅੱਗੇ ਭਗਤ ਕਬੀਰ ਜੀ ਇਸੇ ਸ਼ਬਦ ਵਿੱਚ ਪ੍ਰਭੂ ਪਿਆਰਿਆਂ ਦੀ ਗੱਲ ਉਧਾਰ ਰਹੇ ਆ, ਰੱਬ ਦੇ ਪਿਆਰਿਆਂ ਦੀ, ਨਾਮ ਜਪਣ ਵਾਲੀਆਂ ਰੂਹਾਂ ਦੀ, ਕੀ ਕਹਿ ਰਹੇ ਹਨ, ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਰਾਰੀ ਰੇ, ਜਾਂਦੇ ਤਾਂ ਉਹ ਵੀ ਹੈ ਸੰਸਾਰ ਤੋਂ ਪਰ ਉਹਨਾਂ ਦਾ ਜਾਣਾ ਵੱਖਰਾ ਹੁੰਦਾ। ਰੋਵੇ ਕਲਪ ਕਲਪ ਜਗ ਸਾਰਾ ਬਈ ਸਾਧੂਆਂ ਦਾ ਜਾਣਾ ਵੱਖਰਾ, ਕਲਪ ਕਲਪ ਜਗ ਸਾਧੂਆਂ ਦਾ ਜਾਣਾ ਵੱਖਰਾ, ਰੋਵੇ ਕਲਪ ਕਲਪ ਜਗ ਸਾਰਾ ਸਾਧੂਆਂ ਦਾ ਜਾਣਾ ਵੱਖਰਾ, ਕਲਪ ਕਲਪ ਜਗ ਸਾਰਾ ਸਾਧੂਆਂ ਦਾ ਜਾਣਾ ਵੱਖਰਾ, ਸਾਧੂਆਂ ਦਾ ਰੋਵੇ ਕਲਪ ਕਲਪ ਸਾਧੂਆਂ ਵੱਖਰਾ, ਪਿਆਰੇ ਜੀ ਸਾਧੂਆਂ ਦਾ ਜਾਣਾ ਵੱਖਰਾ, ਪਿਆਰਿਓ ਸਾਧੂਆਂ ਦਾ ਜਾਣਾ ਵੱਖਰਾ, ਪਿਆਰੇ ਜੇ ਸਾਧੂਆਂ ਦਾ ਜਾਣਾ ਵੱਖਰਾ, ਪਿਆਰਿਓ ਸਾਧੂਆਂ ਦਾ ਜਾਣਾ ਵੱਖਰਾ, ਸਾਧੂਆਂ ਦਾ ਜਾਣਾ ਵੱਖਰਾ,
ਹੋਵੇ ਕਲਪ ਕਲਪ ਜਗ ਸਾਰਾ ਸਾਧੂਆਂ ਦਾ ਜਾਣਾ ਵਕ ਕਲਪ ਕਲਪ ਜਗ ਸਾਧੂਆਂ ਦਾ ਜਾਣਾ ਵਖਰਾ ਕਲਪ ਕਲਪ ਜਗ ਸਾਰਾ ਸਾਧੂਆਂ ਦਾ ਜਾਣਾ ਵਖਰਾ ਰੋਵੇ ਕਲਪ ਕਲਪ ਜਗ ਸਾਰਾ ਸਾਧੂਆਂ ਦਾ ਜਾਣਾ ਵਖਰਾ ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ ਆਵੈ ਨਾ ਜਾਵੈ ਨਾ ਕਬਹੂ ਵਰਤੇ ਪਾਰ ਬ੍ਰਹਮ ਸੰਗਾ। ਜਦੋਂ ਸੰਤ ਮਹਾਰਾਜ ਜੀ ਵੱਡੇ ਬਬੌਰ ਸਾਹਿਬ ਜਲ ਪ੍ਰਵਾਹ ਕਰਕੇ ਜਿਵੇਂ ਆਪਣੇ ਸੰਤ ਮਹਾਰਾਜ ਨੂੰ ਆਪਾਂ ਕਰਕੇ ਆਏ ਸਾਂ, ਰਾਤ ਨੂੰ ਰੈਣ ਸਭਾਈ ਕੀਰਤਨ ਹੋਇਆ ਸੀ ਰਾੜਾ ਸਾਹਿਬ, ਮੈਨੂੰ ਅਜੇ ਵੀ ਯਾਦ ਹੈ। ਸੰਤ ਮਹਾਰਾਜ ਜੀ ਮਲੂਕੇ ਵਾਲੇ ਨੇ ਧਾਰਨਾ ਪੜ੍ਹੀ ਸੀ ਜਿਹੜੀ ਦੇਹੀ ਮੱਖਣਾ ਨਾਲ ਪਾਲੀ ਮੱਛੀ ਹਵਾਲੇ ਛੱਡਦੀ, ਸੰਗਤਾਂ ਤਾਹਾਂ ਮਾਰ ਕੇ ਰੋਂਦੀਆਂ ਸਨ, ਭੁੱਬਾਂ ਨਿਕਲਦੀਆਂ ਸਨ, ਦੰਦ ਜੁੜ ਜੁੜ ਜਾਂਦੇ ਸਨ, ਹਟਕੋਰੇ ਲੈਂਦੀਆਂ ਸੰਗਤਾਂ, ਉਹ ਕਿਤਨਾ ਬਰਾਗਮਾਈ। ਫਿਰ ਸੰਤ ਮਹਾਰਾਜ ਚੱਕਰੀ ਵਾਲੇ ਬੁਲਾਲੇ ਵਾਲੇ ਮਹਾਂਪੁਰਖ, ਉਹਨਾਂ ਨਾਲ ਬੜਾ ਪਿਆਰ ਕਰਦੇ ਸਨ ਵੱਡੇ ਮਹਾਰਾਜ ਜੀ। ਉਹਨਾਂ ਨੇ ਇਹ ਬਚਨ ਆਖਿਆ ਸੰਗਤੇ, ਕਿਸੇ ਦੇ ਮਹਾਤਮਾ ਗਏ, ਕਿਸੇ ਦੇ ਰਿਸ਼ੀ ਗਏ, ਕਿਸੇ ਦੇ ਕੁਛ ਗਏ, ਕਿਸੇ ਦੇ ਕੁਛ ਗਿਆ, ਪਰ ਮੇਰੀ ਤਾਂ ਅੱਜ ਮਾਂ ਗਈ ਹੈ, ਮੇਰੀ ਮਾਂ ਤਾਂ ਮਰੀ ਅੱਜ। ਇਹ ਬਾਬਾ ਜੀ ਦੀ ਚੱਕਰੀ ਵਾਲੇ ਮਹਾਂਪੁਰਸ਼ ਬਾਬਾ ਉਜਾਗਰ ਸਿੰਘ, ਮੇਰੀ ਤਾਂ ਅੱਜ ਮਾਤਾ ਗਈ ਭਾਈ, ਮੇਰਾ ਬਹੁਤ ਧਿਆਨ ਰੱਖਦੀ ਸੀ, ਮੇਰੀਆਂ ਲੜਕੀਆਂ ਸਨ, ਧੀਆਂ ਸਨ, ਮਹਾਂਪੁਰਖਾਂ ਨੇ ਮੇਰੀ ਬੜੀ ਹੈਲਪ ਕੀਤੀ ਵੱਡੇ ਮਹਾਰਾਜ ਜੀ। ਇਸੇ ਤਰ੍ਹਾਂ ਆਪਣੇ ਮਹਾਂਪੁਰਖ ਵੀ ਬੜੇ ਪਰਉਪਕਾਰੀ ਰੂਹ ਦੇ ਮਾਲਕ ਸਨ। ਕਿੰਨੀਆਂ ਸੰਗਤਾਂ ਦੇ ਵਿੱਚ ਜਦੋਂ ਅਸੀਂ ਜਾਂਦੇ ਸਾਂ ਗੱਡੀ 'ਚ, ਕਦੇ ਭਾਈ ਇਕਬਾਲ ਸਿੰਘ ਦੇ ਮੂੰਹ ਵਿੱਚ ਗਰਾਹੀਆਂ ਪਾਉਣੀਆਂ, ਕਦੇ ਭਾਈ ਕਰਮ ਸਿੰਘ ਦੇ ਮੂੰਹ ਵਿੱਚ, ਕਿੰਨਾ ਪਿਆਰ ਦਿੰਦੇ ਸਨ, ਮਾਵਾਂ ਵਾਲਾ ਪਿਆਰ। ਇਹਦਾ ਤਾਂ ਮਾਤਾ ਦੀ ਭੋਜਨ ਛਕਾਉਂਦੀ, ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਭਾਈ ਲੱਖੂ ਨਾਮ ਕਰਕੇ ਫਕੀਰ ਹੋਇਆ, ਸੌ ਪਾਠ ਜਪਜੀ ਸਾਹਿਬ ਕਰਕੇ ਰੋਟੀ ਖਾਂਦਾ ਹੁੰਦਾ ਸੀ। ਜਦੋਂ ਗੁਰੂ ਸਾਹਿਬ ਘਰ ਆਏ ਤੇ ਬੁੱਧ ਨੇ ਦਰਵਾਜ਼ਾ ਬੰਦ ਕਰ ਦਿੱਤਾ, ਫਕੀਰ ਨੂੰ ਧੱਕੇ ਮਾਰੇ, ਕਹਿੰਦੇ ਠਹਿਰ ਕੇ ਆ ਜਾਏ, ਮਸਤਾਨੀ ਬਿਰਤੀ ਹੈ, ਰੌਲਾ ਪੈ ਜੂ, ਠਹਿਰ ਕੇ ਆਏ। ਖੈਰ ਪਿੱਛੇ ਹੋ ਕੇ ਬਹਿ ਗਿਆ ਵੀ ਜਦੋਂ ਸੰਗਤਾਂ ਜਲ ਭੋਜਨ ਛਕ ਲੈਣੀਆਂ ਫਿਰ ਛਕ ਲੂ, ਬਥੇਰਾ ਆਖਿਆ ਮੈਨੂੰ ਭੁੱਖ ਲੱਗੀ, ਮੈਨੂੰ ਭੋਜਨ ਛਕਾ, ਭੁੱਖ ਲੱਗੀ, ਲੰਗਰ ਲੱਗਾ, ਮੈਨੂੰ ਵੀ ਪ੍ਰਸ਼ਾਦਾ ਛਕਾ, ਮੈਂ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ, ਕਿਉਂ ਦਰਵਾਜ਼ਾ ਬੰਦ ਕਰ ਰਿਹਾ। ਪਰ ਗੁਰੂ ਤੇ ਅੰਦਰ ਜਾਂਦੇ, ਉੱਥੇ ਜਾਣਦੇ ਆ। ਮਹਾਰਾਜ ਜੀ ਨੇ ਕਹਿੰਦੇ ਬੁੱਧੂ ਤੂੰ ਪ੍ਰਸ਼ਾਦਾ ਛਕਾਇਆ ਸੰਗਤਾਂ ਨੂੰ, ਸਾਨੂੰ ਬੁਲਾਵਾ ਭੇਜਿਆ, ਤੇਰੀ ਅਵਲਾਖਾ ਕੀ ਹੈ, ਮਨ ਦੀ ਸ਼ਰਧਾ ਕੀ ਹੈ। ਮਹਾਰਾਜ ਸੱਚੇ ਪਾਤਸ਼ਾਹ ਮੇਰੀ ਸ਼ਰਧਾ ਹੈ, ਮੇਰਾ ਆਵਾ, ਮੈਂ ਪਹਿਲਾਂ ਵੀ ਲਾਏ ਸਨ ਭਾਂਡੇ ਕੱਚੇ ਪੀਲੇ ਰਹਿ ਗਏ, ਉਦੋਂ ਛੋਟੇ ਮੋਟੇ ਪਰਜਾ ਪੱਤ ਕਮਿਆਰ ਆਵੇ ਲਾ ਆਉਂਦੇ ਸਨ, ਇੱਟਾਂ ਪਾਈਆਂ ਮਹਾਰਾਜ, ਕੁਛ ਇੱਟਾਂ ਪੱਕ ਜਾਣ, ਭਾਂਡੇ ਬਰਤਨ ਪੱਕ ਜਾਣ, ਮੇਰਾ ਬਾਹਰ ਮੈਨੂੰ ਮੁਨਾਫਾ ਹੋਵੇ ਅਤੇ ਮੇਰੇ ਘਰ ਦਾ ਗੁਜ਼ਾਰਾ, ਇਸ ਆਵੇ ਦੇ ਆਸਰੇ ਮੇਰਾ ਘਰ ਦਾ ਗੁਜ਼ਾਰਾ ਚੱਲਦਾ, ਇਹ ਕਿਰਪਾ ਕਰਦੇ। ਸਤਿਗੁਰੂ ਜੀ ਨੇ ਆਖਿਆ ਤੇਰਾ ਆਵਾ ਪੱਕਾ, ਸੰਗਤਾਂ ਨੇ ਵੀ ਆਖਿਆ ਤੇਰਾ ਆਵਾ ਪੱਕਾ,
ਅਰਦਾਸ ਕੀਤੀ। ਬਾਹਰ ਖੜਾ ਫਕੀਰ ਲੱਖੂ ਨਾਮ ਫਕੀਰ ਕਹਿੰਦਾ ਜ਼ੋਰ ਲਾ ਲਾ ਕਰਾ ਲਾ ਅਰਦਾਸਾਂ ਜਿੰਨੀਆਂ ਮਰਜ਼ੀ, ਤੇਰਾ ਵਾ ਕੱਚਾ ਰਹੂ ਕੱਚਾ। ਸਤਿਗੁਰੂ ਜੀ ਨੇ ਆਖਿਆ ਬੁੱਧੂ ਆਵਾਜ਼ ਕੀਤੀ ਹੈ, ਮਹਾਰਾਜ ਇਹ ਤੇ ਕੋਈ ਗ੍ਰੰਭਲਾ ਤਮਲਾ ਜਿਹਾ ਫਕੀਰ ਹੈ, ਕਦੇ ਰੋਣ ਲੱਗ ਜਾਂਦਾ, ਕਦੇ ਹੱਸਣ ਲੱਗ ਜਾਂਦਾ, ਕਦੇ ਮਿੱਟੀ ਫਰੋਣ ਲੱਗ ਜਾਂਦਾ, ਨਹਾਉਂਦਾ ਨਹੀਂ ਧੋਂਦਾ ਨਹੀਂ ਮਹਾਰਾਜ, ਮਸਤਾਨੀ ਜੀ ਬਿਰਤੀ। ਕਹਿੰਦੇ ਨਹੀਂ ਮਹਾਰਾਜ, ਕਹਿੰਦੇ ਤੂੰ ਨਹੀਂ ਜਾਣਦਾ, ਤੂੰ ਨਹੀਂ ਜਾਣਦਾ, ਤੇਰੀ ਹਜੇ ਸੰਸਾਰੀ ਬਿਰਤੀ ਹੈ। ਕਹਿੰਦੇ ਉਹ ਗੁਰੂ ਨਾਨਕ ਦਾ ਸਿੱਖ ਹੈ, ਜਪਜੀ ਸਾਹਿਬ ਦੇ 100 ਪਾਠ ਕਰਕੇ ਫਿਰ ਜਲ ਭੋਜਨ ਛਕਦਾ, ਉਹਦੀ ਉਹਦੀ ਰਸਨਾ ਤੇ ਗੁਰੂ ਨਾਨਕ ਵਸਿਆ ਹੋਇਆ। ਜੋ ਦਾ ਬਚਨ ਹੋ ਗਿਆ ਨਾ, ਗੁਰੂ ਨਾਨਕ ਦਾ ਬਚਨ ਹੈ, ਤੀਰ ਨਿਕਲ ਗਿਆ, ਤੇਰਾ ਵਾ ਕੱਚਾ ਹੀ ਹੈ। ਮਹਾਰਾਜ ਆਪ ਦੀ ਸਮਰੱਥ ਹੋ, ਕਹਿੰਦੇ ਹਾਂ ਅਸੀਂ ਸਮਰੱਥ ਹਾਂ, ਪਰ ਸਿੱਖ ਦਾ ਕਿਹਾ ਬੋਲ ਮੈਂ ਟਾਲ ਨਹੀਂ ਸਕਦਾ। ਜਿਵੇਂ ਮਾਂ ਨੂੰ ਪੁੱਤ ਪਿਆਰਾ ਹੁੰਦਾ, ਇਸ ਤਰ੍ਹਾਂ ਮੈਨੂੰ ਮੇਰੇ ਪਿਆਰੇ ਆ, ਉਹਨਾਂ ਦੇ ਬਚਨ ਨਹੀਂ ਮੈਂ ਟਾਲ ਸਕਦਾ। ਬੁਲਾ ਉਹਨੂੰ, ਬੁੱਧੂ ਨੂੰ ਬੁਲਾਇਆ, ਮਹਾਰਾਜ ਨੇ ਅੱਗੇ ਬਿਠਾਇਆ, ਲਿਆ ਥਾਲਾ ਭੋਜਨ। ਬੁੱਧੂ ਕਿਵੇਂ ਆ ਰਹੇ ਨੇ ਭੋਜਨ, ਥਾਲਾ ਅੱਗੇ ਕੀਤਾ, ਲੈ ਫਕੀਰ ਸਹੀ ਛਕ ਲੈ ਭੋਜਨ, ਨਹੀਂ ਮਾਰ ਹੁਣ ਇੱਛਾ ਨਹੀਂ ਕਹੀ ਛਕ ਲਾ। ਮਹਾਰਾਜ ਨੇ ਆਪ ਗ੍ਰਾਹੀ ਤੋੜੀ ਤੇ ਫਕੀਰ ਦੇ ਮੂੰਹ ਚ ਪਾਈ, ਫਕੀਰਾ ਨਾਲੇ ਭੋਜਨ ਛਕਦਾ ਤੇ ਜਿਹੜਾ ਸਤਿਗੁਰੂ ਕਹਿੰਦੇ ਗਰੀਬ ਹੈ ਮਰਜੂ ਬੇਚਾਰਾ ਭੁੱਖਾ, ਕਹਿਦੇ ਆਵਾ ਪੱਕਾ, ਕਹਿਦੇ ਆਵਾ ਪੱਕਾ। ਮਹਾਰਾਜ ਹੁਣ ਤੇ ਤੀਰ ਨਿਕਲ ਗਿਆ ਤੇ ਆਪ ਜੀ ਦਰਸ਼ਨ ਹੋਏ ਆ, ਮਹਾਰਾਜ ਤੁਹਾਡੇ ਦਰਦਾਰੇ ਹੋਏ ਆ, ਆਪ ਜੀ ਦੀ ਮਿਹਰ ਨਾਲ ਰਹੂ ਤਾਂ ਕੱਚੇ ਪਰ ਪੱਕਿਆਂ ਦੇ ਭਾਅ ਵਿਕ ਜੂ। ਕਹਿ ਦੋ ਸਤਨਾਮ ਸ਼੍ਰੀ ਵਾਹਿਗੁਰੂ, ਅਰਦਾਸ ਕਰੋ ਸੱਚੇ ਪਾਤਸ਼ਾਹ ਕਿਤੇ ਸਾਡਾ ਵੀ ਆਵਾ, ਕੱਚਾ ਪੀਲਾ ਪੱਕਿਆਂ ਦੇ ਭਾਅ ਵਿਕ ਜਾਏ। ਕੱਚਾ ਰਹਿ ਗਿਆ ਬੁੱਧੂ ਏ ਤੇਰਾ ਆਵਾ, ਬਈ ਪੱਕਿਆਂ ਦੇ ਭਾਅ ਵਿਕ ਰਹਿ ਗਿਆ ਬੁੱਧੂ ਬਈ ਤੇਰਾ ਪੱਕਿਆਂ ਦੇ ਭਾਅ ਵਿਕ ਜੂ। ਕੱਚਾ ਰਹਿ ਗਿਆ ਬੁੱਧੂ ਤੇਰਾ ਆਵਾ, ਪੱਕਿਆਂ ਦੇ ਭਾਅ ਵਿਕ ਜੂ। ਕੱਚਾ ਰਹਿ ਗਿਆ ਬੁੱਧੂ ਤੇਰਾ ਆਵਾ, ਪੱਕਿਆਂ ਦੇ ਭਾਅ ਵਿਕ ਜੂ। ਪੱਕਿਆਂ ਦੇ ਭਾਅ ਵਿਕ ਜੋ। ਮੇਰੀ ਬੰਦੀ ਭਗਤ ਛਡਾਵੇ, ਬੰਦੀ ਭਗਤ ਨਾ ਛੁੱਟੇ ਮੋਹੇ। ਇੱਕ ਸਮੇਂ ਮੋਕੋ ਗਏ ਬੰਦ ਹੈ, ਤੋਫਨ ਮੋਹ ਪੈ ਜਵਾਬ ਨਾ ਹੋਏ। ਭਗਤਾਂ ਦੀ ਬੱਦੀ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੈ। ਜੋ ਰੱਬ ਦੇ ਪਿਆਰੇ ਕਹਿ ਦੇਣ, ਗੁਰੂ ਸਾਹਿਬ ਜੀ ਕਹਿੰਦੇ ਮੈਨੂੰ ਮੰਨਣਾ ਪੈਂਦਾ। ਸੂਹੀ ਰਾਗ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਖੁਦ ਬਚਨ ਕਹਿੰਦੇ ਆ, ਜੋ ਕੁਛ ਕਰੇ ਸੋਈ ਪ੍ਰਭ ਮੰਨ। ਉਹ ਵਾਹਿਗੁਰੂ ਨੂੰ ਮੰਨਣਾ ਪੈਂਦਾ ਜੋ ਰੱਬ ਦੇ ਪਿਆਰੇ ਚਾਹੁੰਦੇ ਆ। ਉਹ ਰਾਮ ਨਾਮ ਰੰਗ ਰਾਤੇ, ਤਿੰਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਮੇਰੇ ਰਾਮ ਹਰ ਸੰਤਾਂ ਜੇਵੜ ਨਾ ਕੋਈ, ਭਗਤਾ ਬਾਣ ਆਈ ਪ੍ਰਭ ਆਪਣੇ ਸੋ ਜਲ ਥਲ ਮਈ ਅਲਸੋਈ। ਹਮੇਸ਼ਾ ਅੰਮ੍ਰਿਤ ਲਈ ਉੱਠੋ, ਬਾਣੀ ਨਾਲ ਪਿਆਰ ਕਰਿਆ ਕਰੋ, ਦਿਨੇ ਵਿਹਾਰ ਕਰਿਆ ਕਰੋ। ਬਾਲ ਬੱਚੇ ਹੀ ਪਾਲਣੇ, ਖਰਚੇ ਕਵਰ ਹੋਣੇਗੇ। ਵਿਹਾਰ ਕੱਢਦਿਆਂ ਕਰਦਿਆਂ ਫਿਰ ਨਾਲ ਦਸਵੰਧ ਕੱਢਦੇ ਰਹੋ, ਗੁਰੂ ਗੁਰੂ ਜਪਦੇ ਰਹੋ। ਹਮੇਸ਼ਾ ਮੌਤ ਨੂੰ ਯਾਦ ਰੱਖੋ, ਗੁਰੂ ਨੂੰ ਅੰਗ ਸੰਗ ਸਮਝੋ। ਜਦੋਂ ਵੀ ਕਿਤੇ ਤੁਰਦੇ ਹੋ ਕਰੋ
ਸ਼ਬਦ ਪੜ੍ਹ ਕੇ ਜਾਇਆ ਕਰੋ। ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਅੰਗ ਬਬੂਤੇ। ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ। ਪੂਰੇ ਗੁਰੂ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪਏ। ਉਹਨੂੰ ਨੇੜੇ ਤੋਂ ਨੇੜੇ ਸਮਝ ਕੇ ਉਪਾਸ਼ਨਾ ਕਰੋ, ਗੁਰੂ ਗੁਰੂ ਜਪੋ, ਵਿਹਾਰ ਕਰੋ, ਸਮੇਂ 'ਚ ਸਮੇਂ ਕੱਢ ਕੇ ਭਲਿਆਂ ਪੁਰਸ਼ਾਂ ਦੀ ਸੰਗਤ ਕਰੋ। ਫਿਰ ਐਸੇ ਕਰਾਂਗੇ ਸਾਨੂੰ ਆਸ਼ੀਰਵਾਦ ਸਤਿਗੁਰੂ ਬਖਸ਼ਣਗੇ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਓ ਸ਼ਬਦ ਮੈਂ ਸਮਾਪਤੀ ਵੱਲ ਲਿਜਾਵਾਂ। ਆਨੰਦ ਸਾਹਿਬ ਦਾ ਪਾਠ ਸਾਰੀ ਸਮਾਪਤੀ ਬਾਬਾ ਪਰਮਿੰਦਰ ਸਿੰਘ ਜੀ ਕਰਨਗੇ, ਕਿਉਂਕਿ ਸਿਹਤ ਭਾਵੇਂ ਠੀਕ ਨਹੀਂ ਸੀ, ਬਾਬਾ ਜੀ ਨੇ ਆਪ ਹੀ ਦਇਆ ਕੀਤੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਬੱਚਿਆਂ ਪਾਸੋਂ ਹਾਜ਼ਰੀ ਭਰਵਾਈ ਹੈ। ਤੁਹਾਡੀ ਰੱਬ ਜੀ ਸੰਗਤਾਂ ਦਰਸ਼ਨ ਕੀਤੇ ਹੈ। ਇਹ ਯੂਕੇ ਦੀ ਧਰਤੀ 'ਚ ਆਪ ਜੀ ਮਹਾਂਪੁਰਖਾਂ ਦੇ ਸਥਾਨਾਂ 'ਤੇ ਸੇਵਾ ਨਿਭਾ ਰਹੇ ਹੋ, ਦਰਸ਼ਨ ਕਰ ਰਹੇ ਹੋ, ਵੱਧ ਚੜ੍ਹ ਕੇ ਆਇਆ ਕਰੋ। ਮਹਾਂਪੁਰਖ ਇੱਥੇ ਨਹੀਂ ਗਏ, ਅੱਜ ਵੀ ਉਹਨਾਂ ਦੀ ਕਲਾ ਇੱਥੇ ਹਾਜ਼ਰ ਨਾਜ਼ਰ ਵਰਤ ਰਹੀ ਹੈ। ਕਹਿ ਦਿਓ ਸਤਨਾਮ ਸ਼੍ਰੀ ਵਾਹਿਗੁਰੂ। ਬਸ ਉਹਨਾਂ ਦੀਆਂ ਯਾਦਾਂ, ਉਹਨਾਂ ਦਿਲਾਂ ਦਾ ਪਿਆਰ ਹਾਪ ਆਪ ਮਨ 'ਚੋਂ ਕੱਢ ਲਈਦਾ ਜੋ ਅੰਦਰ ਬੁਲਬਲੇ ਬਣੇ ਹੋਏ ਆ। ਇਹ ਸਭ ਪਿਆਰ ਦੀਆਂ ਤਰੰਗਾਂ ਹਨ, ਸਭ ਪ੍ਰੇਮ ਦੇ ਬੈਠੇ ਹਾਂ ਆਪਾਂ, ਪ੍ਰੇਮ ਵਿੱਚ ਭਿੱਜੇ ਹੋਏ ਹਾਂ। ਸੋ ਆਓ ਗੁਰੂ ਚਰਨਾਂ 'ਚ ਬੇਨਤੀਆਂ ਕਰੀਏ, ਸੱਚੇ ਪਾਤਸ਼ਾਹ ਮਿਹਰ ਕਰੋ ਇਸੇ ਤਰ੍ਹਾਂ। ਸਾਡੇ ਅੰਗ ਸੰਗ ਰਹਿਣਾ ਜੀ, ਵਾਹਿਗੁਰੂ ਤੱਕਿਆ ਆਸਰਾ ਤੇਰਾ। ਸਾਡੇ ਅੰਗ ਸੰਗ ਰਹਿਣਾ, ਤੱਕਿਆ ਆਸਰਾ ਤੇਰਾ। ਸਾਡੇ ਅੰਗ ਸੰਗ ਰਹਿਣਾ ਜੀ, ਵਾਹਿਗੁਰੂ ਤੱਕਿਆ ਆਸਰਾ ਤੇਰਾ। ਸਾਡੇ ਅੰਗ ਸੰਗ ਰਹਿਣਾ ਜੀ, ਵਾਹਿਗੁਰੂ ਤੱਕਿਆ ਆਸਰਾ ਤੇਰਾ। ਸਾਡੇ ਅੰਗ ਸੰਗ ਰਹਿਣਾ, ਸਾਡੇ ਅੰਗ ਸੰਗ ਰਹਿਣਾ ਜੀ, ਦਾਤਿਆ ਤੱਕਿਆ ਆਸਰਾ ਤੇਰਾ। ਸਾਡੇ ਅੰਗ ਸੰਗ ਰਹਿਣਾ, ਵਾਹਿਗੁਰੂ ਤੱਕਿਆ ਆਸਰਾ ਤੇਰਾ। ਸਾਡੇ ਅੰਗ ਸੰਗ ਰਹਿਣਾ ਜੀ, ਵਾਹਿਗੁਰੂ ਤੱਕਿਆ ਆਸਰਾ ਤੇਰਾ। ਸਾਡੇ ਅੰਗ ਸੰਗ ਰਹਿਣਾ ਜੀ, ਵਾਹਿਗੁਰੂ ਤੱਕਿਆ ਆਸਰਾ ਤੇਰਾ। ਚਰਨ ਕਮਲ ਕਾ ਆਸਰਾ, ਚਰਨ ਕਮਲ ਸੰਗ ਮਨ ਲੋਚੇ ਪੁਰਿਆ। ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀ, ਜੈ ਬਾਹਨਾ ਛੋਟੀ ਹੈ। ਗੁਰ ਤੇਗ ਬਹਾਦਰ ਬੋਲਿਆ, ਤਰ ਪਈਏ ਧਰਮ ਨਾ ਛੋਟੀ। ਗੁਰ ਤੇਗ ਬਹਾਦਰ ਸਿਮਰੀਆ ਕਰ ਨੌਨਿੰਦ ਆਵੈ ਤਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਹੋਈ ਪੁੱਲ ਜੀ ਖਿਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਗੁਰੂ ਸਵਾਰੀ ਸਾਧ ਸੰਗਤ ਬੜੀ ਭਾਗਾ ਵਾਲੀ ਹੈ, ਕਰਮਾਂ ਵਾਲੀ ਹੈ, ਜੋ ਕਿ ਜ਼ਿੰਦਗੀ ਦੇ ਅਮੋਲਕ ਸਮੇਂ ਨੂੰ ਗੁਰੂ ਬਾਬਾ ਜੀ ਦੇ ਚਰਨਾਂ ਦੇ ਵਿੱਚ ਲਗਾ ਕੇ ਸਫਲਿਆ ਬਣਾਉਣ ਦੀ ਖੇਚਲਾ ਕਿਰਪਾਲਤਾ ਕੀਤੀ ਹੈ। ਸੋ ਬਹੁਤ ਬਹੁਤ ਧੰਨਵਾਦ ਮਹਾਂਪੁਰਖ ਸੰਤ ਬਾਬਾ ਅਮਰੀਕ ਸਿੰਘ ਜੀ, ਪੰਜ ਭੈਣੀਆਂ ਵਾਲਿਆਂ ਨੇ, ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਗੁਰਤਗ ਗਤੀ 'ਤੇ ਇਸ ਦਿਹਾੜੇ ਨੂੰ ਸਮਰਪਿਤ ਇਹ ਤਿੰਨ ਦੀਵਾਨਾਂ ਦੀ ਹਾਜ਼ਰੀ ਭਰੀ ਹੈ। ਬੜਾ ਮਾਣ ਮਹਾਂਪੁਰਖ ਸੰਤ ਜੀ ਮਹਾਰਾਜ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ,
ਇਹਨਾਂ ਮਹਾਂਪੁਰਖਾਂ 'ਤੇ ਰੱਖਿਆ ਕਰਦੇ। ਜਦੋਂ ਵੀ ਕਿਤੇ ਪੰਜਾਬ ਦੀ ਧਰਤੀ ਦੇ ਉੱਤੇ, ਹਿੰਦੁਸਤਾਨ ਦੀ ਧਰਤੀ ਦੇ ਉੱਤੇ ਕੋਈ ਵੀ ਸਮਾਗਮ ਹੁੰਦਾ ਤਾਂ ਵਿਸ਼ੇਸ਼ ਤੌਰ 'ਤੇ ਮਹਾਂਪੁਰਖਾਂ ਨੂੰ ਬੁਲਾ ਕੇ ਇਹਨਾਂ ਨੂੰ ਨਿਵਾਜਿਆ ਕਰਦੇ। ਇਹਨਾਂ ਦਾ ਵੀ ਬੜਾ ਪ੍ਰੇਮ, ਬੜੀ ਸ਼ਰਧਾ ਮਹਾਂਪੁਰਖਾਂ ਦੇ ਪ੍ਰਤੀ ਅਸੀਂ ਦੇਖੀ। ਜਦੋਂ ਮਹਾਂਪੁਰਖਾਂ ਨੇ ਸਰੀਰ ਛੱਡਿਆ, ਭਾਵੇਂ ਕਿ ਮਹਾਂਪੁਰਖ ਉਸ ਸਮੇਂ ਬਾਬਾ ਅਮਰੀਕ ਸਿੰਘ ਜੀ ਅਮਰੀਕਾ ਕਨੇਡਾ ਦੀ ਧਰਤੀ 'ਤੇ ਸਨ, ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਉਸੇ ਸਮੇਂ ਜਦੋਂ ਪਤਾ ਲੱਗਾ ਕਿ ਮਹਾਂਪੁਰਖਾਂ ਨੇ ਭਾਣਾ ਵਰਤਾ ਦਿੱਤਾ ਹੈ, ਉਸੇ ਸਮੇਂ ਫਲਾਈਟ ਲੈ ਕੇ ਸਿੱਧੇ ਹੀ ਭੇਵੇ ਦੀ ਧਰਤੀ 'ਤੇ ਉਸ ਸਮੇਂ ਪਹੁੰਚੇ ਸਨ। ਹਾਜ਼ਰੀ ਭਰੀ ਸੀ, ਸਾਰੀ ਕਿਰਿਆ ਮਹਾਂਪੁਰਖਾਂ ਨੇ ਨਿਭਾਈ। ਸੋ ਬਹੁਤ ਬਹੁਤ ਧੰਨਵਾਦ ਮਹਾਂਪੁਰਖ ਸੰਤ ਬਾਬਾ ਅਮਰੀਕ ਸਿੰਘ ਜੀ ਦਾ। ਇਸ ਅਸਥਾਨ ਤੋਂ ਸੰਤ ਬਾਬਾ ਮੋਹਨ ਸਿੰਘ ਜੀ ਭੇਵੇ ਵਾਲੇ ਗੁਰਦੁਆਰਾ ਸੱਚਖੰਡ ਈਸ਼ਾ ਦਰਬਾਰੇ ਸਮੂਹ ਸੇਵਾਦਾਰਾਂ ਵੱਲੋਂ ਹੁਣ ਮਹਾਂਪੁਰਖਾਂ ਦਾ ਸਤਿਕਾਰ ਹੋਵੇਗਾ। ਸਿਰੋਪੋ ਦੀ ਦਾਤ ਸਾਡੇ ਸਤਿਕਾਰਯੋਗ ਗਿਆਨੀ ਜੀ ਚੰਨਣ ਸਿੰਘ ਜੀ ਬਖਸ਼ਿਸ਼ ਕਰਨਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।